ਧੰਨ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸੋਏ ਸਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਜਿਤਨੀ ਵੀ ਸੰਗਤ ਬੈਠੀ ਹੈ ਪੰਜ ਚਾਰ ਮਿੰਟ ਗੁਰਬਾਣੀ ਦੇ ਸ਼ਬਦ ਨਾਲ ਜੁੜਨਾ ਕਰੀਏ ਫਿਰ ਜਿਸ ਤਰ੍ਹਾਂ ਮਾਲਕ ਦੀ ਸੇਵਾ ਲੈਣ ਜਿਸ ਤਰ੍ਹਾਂ ਸਤਿਗੁਰੂ ਜੀ ਜਿਉਂ ਬੁਲਾਵੇ ਤੇ ਬੋਲੇ ਸਵਾਮੀ ਨੇਤਰ ਬੰਦ ਕਰੀਏ ਮੂੰਦਲੀਏ ਦਰਵਾਜੇ ਵਾਜੀਏ ਲੈ ਅਨਹਦ ਵਾਜੇ ਸਾਰੇ ਕਿਰਪਾ ਕਰਿਓ ਬਿਲਕੁਲ ਆਨੰਦ ਨਾਲ ਬੜੇ ਰਸ ਨਾਲ ਭਿੱਜ ਕੇ ਮਾਲਕ ਜੀ ਦੀ ਬਾਣੀ ਨੂੰ ਗਾਇਨ ਕਰੀਏ ਗੁਰੂ ਪਾਤਸ਼ਾਹ ਜੀ ਦੀ ਮਹਿਮਾ ਨੂੰ ਜੁੜੀਏ ਜਾਂ ਤੂੰ ਮੇਰੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ ਜਾਂ ਤੂੰ ਮੇਰੇ ਵੱਲ ਤਾਂ ਕਿਆ ਮੋਹ ਛੰਦਾ ਬੋਲੋ ਤਾਂ ਕਿਆ ਮੋਹ ਛੰਦਾ ਤਾਂ ਕਿਆ ਮੋਹ ਛੰਦਾ ਤਾਂ ਕਿਆ ਮੋਹ ਛੰਦਾ ਤਾਂ ਕਿਆ ਛੰਦਾ ਜਾਂ ਤੂੰ ਮੇਰੇ ਵੱਲ ਹੈ
लख में तोट ना आवै खाए खर चरहंदा, खाए खर चरहंदा। लख में तोट ना आवै खाए खर चरहंदा, खाए खर चरहंदा। बोलो लक्ष्मी कोट ना आवै खाए खर चरहंदा, खाए खर चरहंदा। सारे जोड़िए संगत सारे कोई वांझा ना रवे। सब किछ मैनू सौंपया जा तेरा बंदा, लक्ष्मी तोट नया मई खाए कर चरहंदा, लख चुरासी मेदनी सब सेव करंदा।
ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲੇਖਾ ਕੋਈ ਨ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਐ ਜਾਂ ਤੁਧ ਪਾਵੰਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਰਬ ਮਾਈ ਔਰ ਭਾਈ ਨੇਮੀ ਔਰ ਪ੍ਰੇਮੀ ਗੁਰੂ ਪਦ ਟੇਕੀ ਪਰਮ ਵਿਵੇਕੀ ਦਿਆਲੂ ਸ਼ਰਧਾਲੂ ਸਾਰੇ ਹੀ ਧਰਮਾਂ ਦੇ ਸਨੇਹੀਓ ਜਿਤਨੇ ਵੀ ਸ੍ਰੀ ਰਾਮ ਜੀ ਜੁੜ ਕਰਕੇ ਬੈਠੇ ਹੋ ਆਪ ਸਭ ਦਾ ਸਤਿਕਾਰ ਹੈ ਦੀਨ ਦੁਨੀਆ ਦੇ ਸਾਂਝੇ ਰਹਿਬਰ ਗੁਰਤਾ ਗੱਦੀ ਤੇ ਵਿਰਾਜਮਾਨ ਚਵਰਾਂ ਛਤਰਾਂ ਤਖਤਾਂ ਦੇ ਮਾਲਕ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਕਾਫੀ ਲੰਬੇ ਸਮੇਂ ਤੋਂ ਆਪ ਜੀ ਸੱਜ ਕੇ ਬੈਠੇ ਹੋ ਮੇਰੇ ਤੋਂ ਪਹਿਲੇ ਆਪ ਜੀ ਨੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਗੜ੍ਹਦੀਵਾਲਾ ਬੀਬੀ ਕਵਿਤਾ ਜੀ ਡੇਰਾ ਬੱਸੀ ਹੋਰ ਬੇਅੰਤ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਹਰਜਾ ਸਰਵਣ ਕੀਤਾ ਆਓ ਕੁਝ ਸਮਾਂ ਕੁਝ ਪਲ ਕੁਝ ਘੜੀਆਂ ਮਾਲਕ ਜੀ ਦੇ ਬਖਸ਼ੇ ਹੋਏ ਸਮੇਂ ਔਰ ਸਵਾਸਾਂ ਨੂੰ ਹੋਰ ਸਫਲ ਬਣਾਈਏ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਬਾਕੀ ਤਾਂ ਮਹਾਰਾਜ ਕਹਿੰਦੇ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਧੰਦੇ ਕਰਦੇ ਕਰਦੇ ਪਤਾ ਨਹੀਂ ਇਸ ਜਹਾਨ ਤੋਂ ਕਿੰਨੇ ਕੁ ਬੰਦੇ ਮੁੱਕ ਗਏ ਬੰਦੇ ਮੁੱਕ ਗਏ ਪਰ ਧੰਦੇ ਨਹੀਂ ਮੁੱਕੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਬੰਦੇ ਮੁੱਕ ਜਾਂਦੇ ਆ ਪਰ ਬੰਦਿਆਂ ਦੇ ਧੰਦੇ ਨਹੀਂ ਮੁੱਕਦੇ ਹੋਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵਧਾਉਂਦੇ ਆ ਉਹਨਾਂ ਕੰਮਾਂ ਕਾਰਾਂ ਆਓ ਜੇ ਮਾਲਕ ਜੀ ਨੇ ਸਾਨੂੰ ਤੁਹਾਨੂੰ ਸਮਾਂ ਦਿੱਤਾ ਭਾਈ ਪ੍ਰਾਪਤ ਮਾਨੁਖ ਦੇਹੋ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਾਤਸ਼ਾਹ ਜੀ ਬਾਣੀ ਵਿੱਚ ਬਚਨ ਕਰਦੇ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਆ ਅਸਲੀ ਕੰਮ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਨਕ ਕਹਿ ਘਰ ਕੇਵਲ ਨਾਮ ਤੇ ਜਪੀਏ ਸਾਰੇ ਬੜੀ ਵੱਡੀ ਗਿਣਤੀ ਵਿੱਚ ਅੱਜ ਆਪ ਜੀ ਆਏ ਹੋ ਤੇ ਓਨੀ ਹੀ ਭਰਮੀ ਆਵਾਜ਼ ਵਿੱਚ ਆਪ ਜੀ ਨੇ ਸਿਮਰਨ ਦੀ ਗੂੰਜ ਪਾਉਣੀ ਹੈ ਆਖੀਏ ਸਾਰੇ ਕੋਈ ਵਾਂਝਾ ਨਾ ਰਵੇ ਬੋਲੋ ਸਤਨਾਮ ਸ੍ਰੀ ਸਤਨਾਮ ਸ੍ਰੀ ਸਤਨਾਮ ਸ੍ਰੀ ਸਤਨਾਮ ਸ੍ਰੀ ਮਾਰੂ ਮਹੱਲਾ ਪੰਜਵਾਂ ਮਾਰੂ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਸਾਨੂੰ ਤੁਹਾਨੂੰ ਫਰਮਾਨ ਕਰਦੇ ਨੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ ਪੜੋ ਪੰਕਤੀ ਤੁਧ ਸਭ ਕੁਛ ਮੈਨੂੰ ਜਾਂ ਤੇਰਾ ਬੰਦਾ ਜਿਸ ਪੁੱਤਰ ਵੱਲ ਉਹਦਾ ਬਾਪ ਖੜ ਜਾਏ ਨਾ ਉਹਨੂੰ ਬਾਕੀ ਸ਼ਰੀਕੇ ਦੀ ਕੋਈ ਵੱਡੀ ਪਰਵਾਹ ਨਹੀਂ ਰਹਿੰਦੀ ਉਹ ਦੁਨੀਆਂ ਦੇ ਲੋਕੋ ਜਿਸ ਸਿੱਖ ਵੱਲ ਨੂੰ ਉਹਦਾ ਸਤਿਗੁਰੂ ਖੜ ਜਾਏ ਨਾ ਉਹ ਦੁਨੀਆਂ ਤੋਂ ਕਿਨਾਰਾ ਪਾਸਾ ਵੱਟ ਲੈਂਦਾ ਕਿਨਾਰਾ ਕਰ ਲੈਂਦਾ ਉਹਦੇ ਮਨ ਵਿੱਚ ਇੱਕੋ ਹੀ ਤੜਫਣਾ ਰਹਿੰਦੀ ਹੈ ਕਿ ਰੁੱਸਦੀਆਂ ਦੁਨੀਆਂ ਬੇਸ਼ੱਕ ਰੁੱਸ ਜਾਏ ਗੁਰਾਂ ਨੂੰ ਮਨਾਉਣਾ ਏ
ਅੰਤ ਵੇਲੇ ਦੁਨੀਆਂ ਨੇ ਛੱਡ ਜਾਵਣਾ ਗੁਰਾਂ ਕੰਮ ਆਉਣਾ ਏ ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ ਗੁਰਾਂ ਨੇ ਛਡਾਉਣਾ ਏ ਜਿਸ ਸਿੱਖ ਨੂੰ ਇਸ ਗੱਲ ਦਾ ਨਿਰਣਾ ਹੋ ਜੇ ਇਸ ਗੱਲ ਦਾ ਭਰੋਸਾ ਹੋ ਜੇ ਇਸ ਗੱਲ ਦਾ ਨਿਸ਼ਚਾ ਹੋ ਜੇ ਕਿ ਸਤਿਗੁਰ ਤੋਂ ਬਗੈਰ ਹੋਰ ਕਿਸੇ ਨੇ ਵੀ ਨਾਲ ਨਹੀਂ ਖੜਨਾ ਤੇ ਫਿਰ ਸਤਿਗੁਰੂ ਸਹਿਜੇ ਕਿਤੇ ਉਹਨੂੰ ਥੱਲੇ ਨਹੀਂ ਡਿੱਗਣ ਦਿੰਦੇ ਆਖੋ ਸਤਨਾਮ ਹਸਨ ਅਬਦਾਲ ਦੀ ਧਰਤੀ ਤੇ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਮੱਕੀ ਮਦੀਨੇ ਦੇ ਲੋਕਾਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਹੋਏ ਜਦੋਂ ਹਸਨ ਅਬਦਾਲ ਦੀ ਧਰਤੀ ਤੇ ਪਹੁੰਚੇ ਤੇ ਉੱਚੀ ਪਹਾੜੀ ਜਿਹਦੇ ਥੱਲੇ ਸਤਿਗੁਰੂ ਜੀ ਨੇ ਆਸਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਬੋਲੋ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਜਿੱਥੇ ਰੱਬ ਦੇ ਪਿਆਰੇ ਬੈਠ ਜਾਣ ਉੱਥੇ ਤਾਂ ਧਰਤੀ ਨੂੰ ਭਾਗ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 20 ਮਈ ਜੇ ਗਲਤੀ ਨਾ ਖਾਵਾਂ ਤੇ 1999 ਨੀਂਹ ਰੱਖੀ ਗਈ ਇਸ ਧਰਤੀ ਦੀ ਸ੍ਰੀ ਸੁਖ ਸਾਗਰ ਸਾਹਿਬ ਦੀ ਅੱਜ ਰੌਣਕਾਂ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਨਾਲ ਲੱਗਦਾ ਪਾਤਸ਼ਾਹ ਨੇ ਦੂਸਰਾ ਬਚਨ ਵੀ ਲਿਆ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਸਾਧੂਆਂ ਨੂੰ ਮਹਾਂਪੁਰਸ਼ਾਂ ਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ ਹੋ ਦੁਨੀਆਂ ਦੇ ਲੋਕੋ ਜਿੱਥੇ ਸਤਿਗੁਰੂ ਬੈਠ ਗਏ ਜਿੱਥੇ ਸਤਿਗੁਰ ਦੇ ਪਿਆਰੇ ਬੈਠ ਗਏ ਉਸ ਧਰਤੀ ਦੇ ਤਾਂ ਭਾਗ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋ ਗਈਆਂ ਉਸ ਧਰਤੀ ਦੀਆਂ ਜਿੱਥੇ ਗੁਰੂ ਨਾਨਕ ਸਾਹਿਬ ਗਏ ਜੇ ਲੇਹ ਲਦਾਖ ਦੀ ਧਰਤੀ ਤੇ ਗਏ ਉੱਥੇ ਵੀ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਬਣਿਆ ਹੋਇਆ ਫੌਜੀ ਵੀਰ ਉੱਥੇ ਡਿਊਟੀ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦੀ ਪਿੱਠ ਛਪੀ ਹੋਈ ਹੈ ਪੱਥਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪੱਥਰ ਛੋ ਗਿਆ ਪੱਥਰ ਸਾਹਿਬ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪੱਥਰ ਛੋ ਗਿਆ ਪੰਜਾ ਲੱਗਿਆ ਪੱਥਰ ਦਾ ਰੂਪ ਪੰਜੇ ਵਿੱਚ ਬਦਲ ਗਿਆ ਗੁਰਦੁਆਰਾ ਪੰਜਾ ਸਾਹਿਬ ਬਣ ਗਿਆ ਤੇ ਜੇ ਅਸੀਂ ਵੀ ਗੁਰੂ ਨਾਨਕ ਦੇ ਸਿਧਾਂਤ ਨੂੰ ਪਛਾਣ ਲਵਾਂਗੇ ਨਾ ਤੇ ਕਮੀ ਸਤਿਗੁਰ ਨੇ ਸਾਡੇ ਵਿੱਚ ਵੀ ਕੁਰਹਿਣ ਨਹੀਂ ਦੇਣੀ ਆਖੋ ਸਤਨਾਮ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਵਾਲਾ ਵਚਨ ਸੱਚ ਹੋ ਜਾਣਾ ਕਿਉਂ ਜਿੱਥੇ ਰੱਬ ਦੇ ਪਿਆਰੇ ਬੈਠ ਜਾਂਦੇ ਆ ਜਿੱਥੇ ਰੱਬ ਦੇ ਪਿਆਰੇ ਚਰਨ ਰੱਖ ਦਿੰਦੇ ਆ ਉਹ ਤਾਂ ਧਰਤੀ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤੇ ਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ ਜਿਸ ਧਰਤੀ ਤੇ ਕੱਖਾਂ ਦੀਆਂ ਕੁੱਲੀਆਂ 'ਚ ਬੈਠ ਕੇ ਵੀ ਸਿਮਰਨ ਕੀਤਾ ਜਾਂਦਾ ਰੱਬ ਦਾ ਉਹ ਕਹਿੰਦੇ ਕੱਖਾਂ ਦੀਆਂ ਕੁੱਲੀਆਂ ਨਹੀਂ ਉਹ ਸੋਨੇ ਦੇ ਮਹਿਲ ਆ ਤੇ ਧੌਲ ਹਰ ਭਾਵੇਂ ਚਾਰ ਚਾਰ ਮੰਜ਼ਲਾਂ ਦੀਆਂ ਕੋਠੀਆਂ ਨੇ ਚਾਰਾਂ ਮੰਜ਼ਲਾਂ ਦੀਆਂ ਕੋਠੀਆਂ 'ਚ ਦੋ ਜੀਵ ਰਹਿਣ ਵਾਲੇ ਨੇ ਕਹਿੰਦੇ ਜੀ ਉਹਨਾਂ ਚਾਰਾਂ ਮੰਜ਼ਲਾਂ ਵਾਲੀ ਕੋਠੀ ਵਿੱਚ ਰੱਬ ਦਾ ਸਿਮਰਨ ਨਹੀਂ ਨਾ ਤੇ ਉਹ ਚਾਰਾਂ ਮੰਜ਼ਲਾਂ ਦੀ ਬਣੀ ਹੋਈ ਕੋਠੀ ਵੀ ਕਹਿੰਦੇ ਨਰਕ ਦੇ ਬਰਾਬਰ ਹੈ ਆਖੋ ਸਤਨਾਮ ਜਿੱਥੇ ਰੱਬ ਦੇ ਪਿਆਰਿਆਂ ਨੇ ਚਰਨ ਪਾ ਦਿੱਤੇ ਧਰਤੀ ਨੂੰ ਭਾਗ ਲੱਗ ਗਏ ਉਹ ਦੁਨੀਆਂ ਦੇ ਲੋਕ ਜਿੱਧਰ ਵੀ ਮੇਰੇ ਸਤਿਗੁਰੂ ਗੁਰੂ ਨਾਨਕ ਗਏ ਤਿੱਬਤ ਗਏ ਭੂਟਾਨ ਗਏ ਰਸ਼ੀਆ ਗਏ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਬਸ ਤਾਰਦੇ ਗਏ ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਜਿਨੀ ਦਰਸ਼ਨ ਪਾਇਆ ਜਿਨੀ ਤੁਦ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਜਹਾਨ ਤਾਰ ਦਿੱਤਾ ਜਿੱਥੇ ਵੀ ਜਾਂਦੇ ਨੇ ਨਿਹਾਲ ਕਰੀ ਜਾਂਦੇ ਨੇ ਅੱਜ ਵੀ ਰੱਬ ਦੇ ਪਿਆਰੇ ਮਾਲਕ ਦਾ ਸਿਮਰਨ ਕਰਨ ਵਾਸਤੇ ਮਾਲਕ ਦੀ ਸੋਭਾ ਕਰਨ ਵਾਸਤੇ ਪਿੰਡਾਂ ਪਿੰਡਾਂ 'ਚ ਜਾ ਕੇ ਹੋਕਾ ਦਿੰਦੇ ਨੇ ਉਹ ਦੁਨੀਆਂ ਦੇ ਲੋਕੋ ਉੱਠੋ
ਜਾਗੋ ਜਾਗੋ ਸੱਤਿਓ ਚੱਲਿਆ ਵਣਜਾਰਾ। ਉੱਠੋ ਦੁਨੀਆਂ ਦੇ ਲੋਕੋ, ਇਹ ਸੌਣ ਦਾ ਵੇਲਾ ਨਹੀਂ, ਇਹ ਭਗਤੀ ਕਰਨ ਦਾ ਵੇਲਾ ਹੈ, ਸਿਮਰਨ ਕਰਨ ਦਾ ਵੇਲਾ ਹੈ, ਨਿਤਨੇਮ ਕਰਨ ਦਾ ਵੇਲਾ ਹੈ, ਮਾਲਕ ਦੀ ਪ੍ਰਾਪਤੀ ਕਰਨ ਦਾ ਵੇਲਾ ਹੈ। ਉੱਠੋ ਉੱਠੋ ਉੱਠੋ, ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ। ਪਰ ਬਦਕਿਸਮਤੀ ਸਾਡੀ, ਸੁੱਤੇ ਨੂੰ ਤਾਂ ਲਏ ਜਗਾ, ਮਚਲੇ ਨੂੰ ਕੌਣ ਜਗਾਵੇ, ਦੱਸ ਕੀ ਕੀਤਾ ਜਾਏ। ਗੁਰਮੁਖੋ, ਜਿਹੜਾ ਬੰਦਾ ਤਾਂ ਆਪਣੀ ਗੂੜੀ ਨੀਂਦ ਵਿੱਚ ਸੁੱਤਾ ਨਾ, ਉਹਨੂੰ ਤੁਸੀਂ ਅਚਨਚੇਤ ਵੀ ਆਵਾਜ਼ ਮਾਰੋਗੇ ਜਾਂ ਜਾਣ ਕੇ ਆਵਾਜ਼ ਮਾਰੋਗੇ, ਉਹ ਭੁੜਕ ਕੇ ਉੱਠ ਜਾਏਗਾ। ਜਿਹੜਾ ਬੰਦਾ ਆਪਣੀ ਅਸਲ ਨੀਂਦ ਸੁੱਤਾ ਹੋਇਆ, ਤੇ ਜਿਹੜਾ ਬੰਦਾ ਮਚਲਾ ਹੋਵੇ, ਸੁੱਤਾ ਵੀ ਨਹੀਂ ਹੁੰਦਾ ਤੇ ਜਾਗਦਾ ਵੀ ਨਹੀਂ ਹੁੰਦਾ, ਜਿੰਨੀਆਂ ਮਰਜ਼ੀ ਉਹਦੇ ਭਾਵੇਂ ਸਿਰਹਾਣੇ ਢੋਲ ਖੜਕਾਈ ਜੋ, ਜਿਹੜਾ ਬੰਦਾ ਹੈ ਹੀ ਮਚਲਾ, ਉਹਨੇ ਨਹੀਂ ਉੱਠਣਾ, ਨਹੀਂ ਉੱਠਣਾ, ਨਹੀਂ ਉੱਠਣਾ। ਆ ਲੱਖਾਂ ਹੀ ਵਾਜੇ ਤੋੜ ਸੁੱਟੇ ਰੱਬ ਦੇ ਪਿਆਰਿਆਂ ਨੇ, ਲੱਖਾਂ ਹੀ ਢੋਲਕੀਆਂ ਪਾੜਤੀਆਂ, ਲੱਖਾਂ ਹੀ ਚਿਮਟੇ ਤੋੜ ਦਿੱਤੇ ਸਾਨੂੰ ਜਗਾਉਣ ਵਾਸਤੇ, ਪਰ ਅਸੀਂ ਨਹੀਂ ਜਾਗੇ। ਉਹ ਦੁਨੀਆਂ ਦੇ ਲੋਕੋ, ਆਖੋ ਸਤਨਾਮ। ਕਿੰਨੀ ਵਾਰ ਇਹ ਸਟੇਜਾਂ ਤੋਂ ਬੋਲਿਆ ਜਾਂਦਾ ਵੀ ਭਗਤੀ ਕਰੋ, ਖੰਡੇ ਬਾਟੇ ਦੀ ਅੰਮ੍ਰਿਤ ਛਕ ਲਓ। ਉਹ ਦੁਨੀਆਂ ਦੇ ਲੋਕੋ, ਗੁਰੂ ਵਗੈਰ ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ, ਪਰ ਇਹ ਮਚਲੇ ਨੂੰ ਸੁਣਦਾ ਹੀ ਨਹੀਂ। ਸੁੱਤੇ ਨੂੰ ਤਾਂ ਲੈ ਜਗਾ, ਮਚਲੇ ਨੂੰ ਕੌਣ ਜਗਾਵੇ, ਦੱਸ ਕੀ ਕੀਤਾ ਜਾਵੇ। ਫੁੱਟ ਗਈ ਗਾਫਲਾ ਕਿਸਮਤ ਤੇਰੀ, ਅਜੇ ਵੀ ਅੱਖ ਖੁੱਲੀ ਨਹੀਂ ਤੇਰੀ। ਸੁੱਤੇ ਨੂੰ ਤਾਂ ਲੈ ਜਗਾ, ਮਚਲੇ ਨੂੰ ਕੌਣ ਜਗਾਵੇ, ਦੱਸ ਕੀ ਕੀਤਾ ਜਾਵੇ। ਗੁਰੂ ਨੂੰ ਦੋਸ਼ੀ ਨਾ ਠਹਿਰਾਇਆ ਕਰੋ, ਮੈਂ ਇੱਕ ਬੇਨਤੀ ਕਰਾਂ, ਆਪਣੇ ਆਪ ਨੂੰ ਦੋਸ਼ੀ ਠਹਿਰਾਇਆ ਕਰੋ। ਏਦਾਂ ਨਾ ਕਿਹਾ ਕਰੋ ਗੁਰੂ ਨਾਨਕ ਦੇ ਘਰ ਵਿੱਚ ਆਣ ਕੇ, ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ, ਮੇਰੇ ਨਾਲ ਆਹ ਕੁਝ ਹੋ ਗਿਆ, ਤੇ ਰੱਬ ਨੇ ਤੇਰਾ ਕੀ ਵਿਗਾੜਿਆ। ਜੋ ਵੀ ਬੰਦਾ ਵਿਗਾੜਦਾ ਆਪਣਾ ਆਪ ਵਿਗਾੜਦਾ। ਦੀਨ ਗਵਾਇਆ, ਬੋਲੋ ਦੀਨ ਗਵਾਇਆ, ਦੁਨੀ ਨਾ ਚਾਲੀ ਪਾਏ ਕੁਹਾੜਾ, ਗਾਫਲ ਬਾਣੀ ਕਹਿੰਦੀ। ਸਤਿਗੁਰੂ ਜੀ ਬਚਨ ਕਰਦੇ ਨੇ, ਧੀਏ ਇਸੇ ਸਾਰੀਆਂ ਮਾਈਆਂ ਵੀ ਬੋਲਿਓ, ਬੜਿਆ ਭਰਮਾ ਅੱਜ ਹੁੰਗਾਰਾ ਹੈ ਸੰਗਤ ਦਾ। ਰੱਬ ਕਿਸੇ ਦਾ ਕੁਝ ਨਹੀਂ ਵਿਗਾੜਦਾ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ। ਤੂੰ ਤਾਂ ਪੈਰਾਂ ਤੇ ਕੁਹਾੜਾ ਮਾਰਿਆ, ਰੱਬ ਨੂੰ ਦੋਸ਼ੀ ਨਾ ਠਹਿਰਾ, ਆਪਣੇ ਹੱਥੀਂ ਆਪ ਗਾਫਲਾ। ਤੂੰ ਤਾਂ ਪੈਰਾਂ ਤੇ ਕੁਹਾੜਾ ਮਾਰਿਆ, ਆਪਣੇ ਹੱਥੀਂ ਆਪ ਗਾਫਲਾ। ਪੈਰਾਂ ਤੇ ਕੁਹਾੜਾ ਮਾਰਿਆ, ਆਪਣੇ ਹੱਥੀਂ ਆਪ ਗਾਫਲਾ। ਤੂੰ ਤਾਂ ਸੱਚਾ ਹੈ, ਬਾਣੀ ਕਹਿੰਦੀ ਆਪਣੇ ਹੱਥੀ ਆਪ ਗਾਫਲਾ। ਸਤਿਗੁਰ ਕਹਿੰਦੇ ਆਪਣੇ ਹੱਥੀ ਆਪ ਗਾਫਲਾ, ਆਪਣੇ ਹੱਥੀ ਆਪ ਗਾਫਲਾ। ਆਪਣੇ ਹੱਥੀ ਆਪ ਗਾਫਲਾ, ਬੋਲੋ ਬਾਣੀ ਕਹਿੰਦੀ ਆਪਣੇ ਆਪਣੇ ਹੱਥੀ ਜੀ ਆਪ ਗਾਫਲਾ, ਆਪਣੇ ਹੱਥੀ ਜੀ ਆਪ ਗਾਫਲਾ, ਆਪਣੇ ਹੱਥੀ ਜੀ ਆਪ ਗਾਫਲਾ, ਆਪਣੇ ਹੱਥੀ ਜੀ ਆਪ ਗਾਰਿਆ। ਬੋਲੋ Thank you.
ਤਾਂ ਪੈਰਾਂ ਤੇ ਕੁਹਾੜਾ ਮਾਰਿਆ ਆਪਣੇ ਹੱਥੀ ਆਪ ਗਾਫਲਾ ਤੂੰ ਤਾਂ ਪੈਰਾਂ ਤੇ ਕੁਹਾੜਾ ਮਾਰਿਆ ਆਪਣੇ ਹੱਥੀ ਆਪ ਗਾਫਲਾ ਬੋਲੋ ਤੂੰ ਤਾਂ ਪੈਰਾਂ ਤੇ ਸਾਰੇ ਵੀਰ ਵੀ ਆਪਣੇ ਵਾਹ ਵਾਹ ਤੂੰ ਤਾਂ ਪੈਰਾਂ ਦੁਨੀ ਸਿਓ ਦੁਨੀ ਨਾ ਚਾਲੀ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਰੱਬ ਨੂੰ ਦੋਸ਼ ਨਾ ਦੇ ਰੱਬ ਦੇ ਵਿੱਚ ਕਮੀਆਂ ਨਾ ਕੱਢ ਜੇ ਤੈਨੂੰ ਕੁਝ ਨਹੀਂ ਮਿਲਿਆ ਜੇ ਤੇਰੇ ਤੇ ਕੋਈ ਨਹੀਂ ਵਿਸ਼ਵਾਸ ਕਰਦਾ ਤੇਰੀਆਂ ਕਰਤੂਤਾਂ ਕਰਕੇ ਨਹੀਂ ਕਰਦਾ ਆਖੋ ਸਤਨਾਮ ਹੈ ਨੀ ਏਦਾਂ ਦੇ ਦੁਨੀਆਂ ਚ ਬੰਦੇ ਜੀ ਬੰਦੇ ਕਹਿਣਗੇ ਜੀ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਕਿੱਦਾਂ ਕਰੀਏ ਤੂੰ ਵਿਸ਼ਵਾਸ ਦੇ ਲਾਇਕ ਹੀ ਨਹੀਂ ਤੂੰ ਉਸ ਕੰਮ ਦੇ ਲਾਇਕ ਹੀ ਨਹੀਂ ਤੂੰ ਨਲਾਇਕ ਆ ਲਾਇਕ ਨਹੀਂ ਆਖੋ ਸਤਨਾਮ ਤੂੰ ਕਹਿੰਦਾ ਕੁਝ ਹੋਰ ਆ ਤੇ ਕਰਦਾ ਕੁਝ ਇਸੇ ਕਰਕੇ ਤੈਨੂੰ ਪ੍ਰਾਪਤੀ ਨਹੀਂ ਹੁੰਦੀ ਗੁਰਮੁਖ ਮੈਂ ਬੇਨਤੀ ਕਰਾਂ ਵਿਸ਼ਵਾਸ ਬਣਾਉਣ ਵਾਸਤੇ ਸਾਰੀਆਂ ਉਮਰਾਂ ਲੱਗ ਜਾਂਦੀਆਂ ਹੁੰਦੀਆਂ ਜਿਸ ਮਕਾਨ ਨੂੰ ਬਣਾਉਣ ਵਾਸਤੇ ਤੁਹਾਨੂੰ 3 ਸਾਲ ਲੱਗੇ ਨਾ ਉਸ ਮਕਾਨ ਨੂੰ ਢਾਉਣ ਵਾਸਤੇ 3 ਸਾਲਾਂ ਦੀ ਲੋੜ ਨਹੀਂ ਉਸ ਮਕਾਨ ਨੂੰ ਢਾਉਣ ਵਾਸਤੇ 3 ਮਿੰਟ ਹੀ ਬਹੁਤ ਆ ਆਖੋ ਸਤਨਾਮ ਆਪਣੀ ਪ੍ਰਤੀਤ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਹੜਾ ਬੰਦਾ ਇੱਕ ਵਾਰੀ ਪ੍ਰਤੀਤ ਖਵਾ ਲਵੇ ਆਪਣੀ ਮੁੜ ਕੇ ਉਸ ਕਦੇ ਹਿਰਦੇ ਚ ਚੜ੍ਹਦਾ ਨਹੀਂ ਹੁੰਦਾ ਬੰਦਾ ਤੁਹਾਡੇ ਬੜੇ ਏਦਾਂ ਦੇ ਹਿਰਦੇ ਵਿੱਚ ਬੰਦੇ ਹੋਣਗੇ ਜਿਹੜੇ ਤੁਹਾਡੀ ਨਿਗਾਹ ਤੋਂ ਲੱਥੇ ਪਏ ਐਵੇਂ ਨੀ ਕਿਸੇ ਨੇ ਕਿਹਾ ਜੇ ਉਂਝ ਗਿਰਦਾ ਤੇ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਿਆ ਕੀ ਕਰੀਏ ਆਖੋ ਸਤਨਾਮ ਨਜ਼ਰਾਂ ਚੋਂ ਗਿਰ ਜਾਂਦੇ ਕਈ ਲੋਕ ਜਿਹੜੇ ਵਚਨ ਕਰਕੇ ਖਿਸਕ ਜਾਂਦੇ ਉਹ ਦੁਨੀਆਂ ਦੇ ਲੋਕੋ ਨਜ਼ਰਾਂ ਚੋਂ ਗਿਰ ਜਾਂਦੇ ਨਜ਼ਰਾਂ ਚੋਂ ਸਾਰੀ ਉਮਰ ਵਾਸਤੇ ਜਦੋਂ ਫਿਰ ਬੰਦਾ ਸਾਰੀ ਉਮਰ ਵਾਸਤੇ ਉਹਨੇ ਮੂੰਹ ਨਹੀਂ ਲਾਉਂਦੀ ਬਾਣੀ ਵੀ ਕਹਿੰਦੀ ਹੈ ਵਚਨ ਕਰਿੰਦੇ ਖਿਸਕ ਜਾਏ ਸੋਈ ਨਰ ਕੱਚਾ ਜਿਹੜਾ ਵਚਨ ਕਰਕੇ ਸਾਡੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਨੇ ਇੱਕ ਵਚਨ ਕਰਦੇ ਹੁੰਦੇ ਸੀ ਮੈਨੂੰ ਅੱਜ ਇਸ ਸਟੇਜ ਤੇ ਤੁਸੀਂ ਸਾਨੂੰ ਭਾਇਆ ਨਾ ਅਸ ਭੋਰਾ ਸਾਹਿਬ ਦਾ ਲੈਂਟਰ ਆ ਜੀ ਇੱਧਰਲੇ ਖੁੰਜੇ ਤੋਂ ਲੈ ਕੇ ਇੱਧਰਲੇ ਖੁੰਜੇ ਤੱਕ ਇਸ ਭੋਰਾ ਸਾਹਿਬ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਮਹਾਰਾਜ ਨੇ ਮੇਰੇ ਪਿਤਾ ਜੀ ਨੇ ਤਪ ਕੀਤਾ ਆਖੋ ਸਤਨਾਮ ਇਕਾਂਤ ਵਿੱਚ ਰਹਿਣਾ ਗਰਮੀ ਦੇ ਵਿੱਚ ਕਈ ਵਾਰੀ 2-2 ਦਿਹਾੜੀਆਂ ਵੀ ਮਹਾਂਪੁਰਸ਼ ਬਾਹਰ ਨਹੀਂ ਸੀ ਆਉਂਦੇ ਬੰਦਗੀ ਕਰ ਤੇ ਮੈਂ ਆਪਣੇ ਨਾਲ ਹੱਡ ਬੀਤੀ ਸੁਣਾਉਣ ਲੱਗਾ ਜੀ ਮਹਾਂਪੁਰਸ਼ਾਂ ਨੇ ਜਿਹੜਾ ਆਸਣ ਲੱਗਾ ਹੋਇਆ ਨਾ ਜਿਸ ਆਸਣ ਤੇ ਆਪਾਂ ਨਮਸਕਾਰਾਂ ਕਰਦੇ ਹਾਂ ਤੁਸੀਂ ਵੀ ਨਮਸਕਾਰ ਕਰਦੇ ਹੋ ਮੈਂ ਵੀ ਨਮਸਕਾਰ ਕਰਦਾ ਤੇ ਜਿਹੜਾ ਅੰਦਰ ਜਾਂਦਾ ਮੈਂ ਬੇਨਤੀ ਕਰਦਾ ਭਾਈ ਅੰਦਰ ਜਾ ਕੇ ਕੋਈ ਬਹੁਤੀਆਂ ਡਿਮਾਂਡਾਂ ਦੀਆਂ ਲਿਸਟਾਂ ਨਾ ਲੈ ਕੇ ਜਾਈ ਇਹੀ ਮੰਗੀ ਨਾਮ ਵੀ ਹਰਭਜਨ ਸਿੰਘ ਤੇ ਸਾਰੀ ਉਮਰ ਕਰਾਇਆ ਵੀ ਉਹਨਾਂ ਦੇ ਹਰੀ ਦਾ ਭਜਨ ਕਿ ਇਹ ਮਹਾਂਪੁਰਸ਼ੋ ਤੁਹਾਡੇ ਤਪ ਸਥਾਨ ਤੇ ਆਏ ਆ ਸਾਡੀ ਝੋਲੀ ਵਿੱਚ ਵੀ ਸਾਡੀ ਝੋਲੀ ਵਿੱਚ ਵੀ ਭਜਨ ਦੀ ਦਾਤ ਪਾ ਦਿਓ ਇਹ ਮੰਗਿਆ ਕਰੋ ਰੱਬ ਦੇ ਪਿਆਰਿਆਂ ਕੋਲ ਆਣ ਕੇ ਤੇ ਮੈਂ ਬੇਨਤੀ ਕਰ ਰਿਹਾ ਸੀ ਜਿਸ ਆਸਣ ਨੂੰ ਆਪਾਂ ਨਮਸਕਾਰਾਂ ਕਰ ਦੇਣਾ ਇੱਕ ਖੂੰਜੇ ਮਹਾਂਪੁਰਖਾਂ ਨੇ ਬਹਿ ਜਾਣਾ ਦੂਜੇ ਖੂੰਜੇ ਮੈਨੂੰ ਭਾਲਣਾ ਤੇ ਆਪਣੇ ਜੀਵਨ ਦੇ ਵਿੱਚੋਂ ਕੁਝ ਤੱਤ ਮੇਰੇ ਨਾਲ ਸਾਂਝੇ ਕਰਨੇ ਉਹਨਾਂ ਨੇ ਕਹਿਣਾ ਬੇਟਾ ਗੁਰਪ੍ਰੀਤ ਸਿੰਘ ਪੁੱਤਰ ਜਿੱਥੇ ਜਾਣਾ ਨਹੀਂ ਉੱਥੇ ਹਾਂ ਨਹੀਂ ਕਰਨੀ
कोरा जवाब दे देना, हाथ जोड़ लेने, माफी मांग लेनी जी, समा नहीं, सेहत आग्या नहीं दी। जिथे जाना जिथे हां कर दिती, मरता जाना पर जाना जरूर है। आखो सतनाम वाहेगुरु। तुसी भी बचन पल्ले नाल बन के लेके जाए, जिथे हां कर दईए उथे घे का घड़ा क्यों ना रुड़ जाए, किन्नियां हजार मजबूरियां भी क्यों ना आ जाण, बस जिथे जाना ते जाना, जिथे जाना नहीं उथे हां नहीं करनी। साडियां तो बहुतियां दियां करतूतां इदां दियां, साडे वाले धर्म दे ठेकेदार जिहड़े बाबे बने हुए आ, अपने आप नूं चौधरी कहाउण वाले कि हां वी असीं बाबे आ, वी साडे तों बगैर स्टेजां नहीं कोई चला सकदा, साडे बाबियां दा बेड़ा बैठिया पिया जी। सच्ची गल है, गुरु साहब की हजूरी में कहना साढ़े चोले वाले ने बड़े काम खराब किए वा जी, कि हाँ भी साड़ी दहशत पएगी जी जो अभी भरे कट्ठ में जावे, जो जावे नहीं साड़ी गल्लां होणगियां, कोई नहीं गल्लां गुल्लां करता हुंदा, तुसीं चर्चा करनी छड़ दिओ, उहदी शोभा मर जाणी। आखो सतनाम वाहेगुरु। कोई नहीं पुछदा हुंदा, इह तां एवें मन दा वहिम ही आ अगले दा। ते महापुरशां ने कहना बेटा जिथे हां करनी मर जाना, हजार मजबूरियां दा भी सामना करके उस बंदे दे भावे दो मिनट कोल जाना, जाना जरूर। साढ़े भाई दलविंदर सिंह होनी मसीती, भाई इंद्रजीत सिंह होनी शर बैठी हूँ संगत में, इन्होंने भराता जी की डैथ हो गई हफ्ता दस दिन पहले। हुण इधर भी समागम चलता, परसों भोग सीगा उन्हां दा, इधर लड़ी का भोग सी, उधर उन्हां दी अंतम अरदास सी, ते मैनू कीर्तन नूं जोर लाया। मैं कहा जी कीर्तन की हाजरी तो नहीं पर होनी, आवांगा जरूर भावे पांच मिनट लिया आवां, एक बार कह दियो सतनाम आवांगा जरूर, क्यों महापुरशां दा लाया होया बूटा आ, महापुरशां दी लाई हुई फुलवाड़ी है। मैं गया इन्ने नाल परिवार नूं शांति मिल गई, सुख मिल गया कि आ गए, जिथे जाना जाना आ, जिथे जाना नहीं उथे हां नहीं करनी, बाणी कहिंदी आ पढ़िओ पंक्तियां, जिहड़ा बचन करके खिसक जांदा ना महाराज उहनूं झूठा कहिंदे, झूठा आ हा करे सो कर्म दिखावे होर, राम की दरगह माता चोर। बाणी कहिंदी है सोई नर कच्चा जेड़ा बचे ना तुहारदा, 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 बचना तुहारदा, बचना तुहारदा, ओ बचना तुहारदा, बचना तुहारदा, बचना तुहारदा, बचना तुहारदा, बचना तुहारदा, बचना तुहारदा, सोई नर कच्चा जेड़ा बोलो, सोई नर कच्चा जेड़ा, सोई नर कच्चा जेड़ा, सोई नर कच्चा जेड़ा बचना तुहारदा, वो सोई नर कच्चा जेड़ा बचना तुहारदा, बोलो सोई नर कच्चा जेड़ा बचना तुहारदा, सोई नर कच्चा जेड़ा बचना तुहारदा, बोलो भैनो सोई लोगों में बे।
ਬੇਨਤੀ ਕਰਦਾ ਸੀ, ਜਿਸ ਮਕਾਨ ਨੂੰ ਤਿਆਰ ਕਰਨ ਵਾਸਤੇ 3 ਸਾਲ ਦਾ ਸਮਾਂ ਲੱਗਿਆ, ਉਸ ਮਕਾਨ ਨੂੰ ਢਾਉਣ ਵਾਸਤੇ 3 ਸਾਲ ਦਾ ਸਮਾਂ ਨਹੀਂ ਚਾਹੀਦਾ, ਉਸ ਮਕਾਨ ਨੂੰ ਚੱਕਣਾ ਚੂਰ ਕਰਨ ਵਾਸਤੇ 3 ਮਿੰਟ ਬਹੁਤ ਹੈ, ਵਿਸ਼ਵਾਸ ਬਣਾਉਣ ਵਾਸਤੇ ਸਾਰੀਆਂ ਉਮਰਾਂ ਲੰਘ ਜਾਂਦੀਆਂ। ਵਿਸ਼ਵਾਸ ਤੋੜਨ ਦੀ ਕਿਹੜੀ ਗੱਲ ਹੈ ਜੀ, ਤੁਸੀਂ ਹਾਂ ਕਰਕੇ ਨਾ ਉਹ ਵਿਸ਼ਵਾਸ ਟੁੱਟ ਗਿਆ, ਆਖੋ ਸਤਨਾਮ। ਇੰਨੀ ਕੀ ਗੱਲ ਹੈ, ਤੁਸੀਂ ਹਾਂ ਕਰਕੇ ਨਾ ਆਓ, ਵਿਸ਼ਵਾਸ ਖਤਮ। ਸਾਰੀ ਉਮਰ ਵਾਸਤੇ ਬੰਦਾ ਉਹਦੀ ਅੱਖ ਚ ਅੱਖ ਨਹੀਂ ਪਾਉਂਦਾ, ਜਿੰਨੇ ਦੇ ਨਾਲ ਕਿਰਤ ਘਣ ਕੀਤਾ, ਕਿਰਤ ਘਣ ਵਾਲਾ ਸਲੂਕ ਕੀਤਾ। ਰਹੋ ਵਿਚਾਰ, ਵਿਚਾਰ ਹੈ ਜੀ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਜਿਨ੍ਹਾਂ ਵੱਲ ਸਤਿਗੁਰੂ ਹੈ ਜਿਸ ਕੇ ਸਿਰ ਉੱਪਰ ਤੋਂ ਸੁਆਮੀ, ਸੋ ਦੁੱਖ ਐਸਾ ਪਾਵੇ ਬੋਲ ਨਾ ਜਾਣੈ, ਮਾਇਆ ਮਤ ਮਰਣਾ ਚੀਤ ਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛੁ ਨਾਹੀ, ਜਮ ਨਹੀਂ ਆਵੇ। ਤੁਸੀਂ ਸਤਿਗੁਰ ਦਾ ਪੱਲਾ ਫੜ ਕੇ ਤਾਂ ਦੇਖੋ, ਦੁਨੀਆਂ ਦੇ ਲੋਕ ਉੱਚੀ ਪਹਾੜੀ ਆ, ਸਤਿਗੁਰੂ ਜੀ ਥੱਲੇ ਆਸਣ ਲਾ ਕੇ ਬੈਠੇ ਹਸਨ ਮਦਾਲ ਦੀ ਧਰਤੀ ਤੇ, ਤੇ ਭਾਈ ਪ੍ਰਧਾਨਾ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਪਿਆਸ ਬੜੀ ਲੱਗੀ। ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਇੰਤਜ਼ਾਮ ਹੋ ਜਾਂਦਾ, ਗੁਰੂ ਨਾਨਕ ਕੀ ਨਹੀਂ ਕਰ ਸਕਦੇ ਸੀ। ਪਰ ਹੰਕਾਰੀਆਂ ਦਾ ਮਾਣ, ਵਿਰੋਧੀਆਂ ਦਾ ਮਾਣ ਗੁਰੂ ਨਾਨਕ ਨੇ ਵਿਚਾਰਾਂ ਦੇ ਨਾਲ ਚੱਕਣਾ ਚੂਰ ਕਰ ਦਿੱਤਾ। ਲੜਾਈ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ, ਮੈਂ ਇੱਕ ਬੇਨਤੀ ਕਰਾਂ, ਝਗੜਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਤੁਹਾਡੇ ਕੋਰਟਾਂ ਕਚਹਿਰੀਆਂ ਵਿੱਚ ਕੇਸ ਲੱਗੇ ਆ, ਝਗੜੇ ਕਰਕੇ ਲੱਗੇ ਹੋਏ, ਅੰਤ ਨੂੰ ਫੈਸਲੇ ਕੀ ਹੁੰਦੇ ਆ ਜੀ, ਕਹਿੰਦੇ ਜੀ ਰਾਜ਼ੀਨਾਮਾ ਕਰ ਲਓ, ਆਖੋ ਸਤਨਾਮ। ਸਮਾਂ ਭੰਨਿਆ ਅਲੱਗ, ਤੇਲ ਗਿਆ ਅਲੱਗ, ਕਿਰਾਇਆ ਭਾੜਾ ਗਿਆ ਅਲੱਗ, ਵਕੀਲਾਂ ਨੂੰ ਪੈਸੇ ਮਾਇਆ ਟਕੇ ਧੇਲੇ ਗਏ ਅਲੱਗ, ਸਮੇਂ ਦੀ ਬਰਬਾਦੀ ਅਲੱਗ, ਅੰਤ ਨੂੰ ਫੈਸਲਾ ਕੀ ਹੋਇਆ ਜੀ, ਕਰ ਲਓ ਰਾਜ਼ੀਨਾਮਾ। ਤੇ ਜੇ ਰਾਜ਼ੀਨਾਮੇ ਕਰਨੇ ਆ ਤੇ ਲੜਾਈਆਂ ਕਿਸ ਗੱਲ ਦੀਆਂ? ਆਪਣੇ ਸਮਾਜ ਨੂੰ ਸਹੀ ਦਿਸ਼ਾ ਦਿਓ ਦੁਨੀਆਂ ਦੇ ਲੋਕੋ, ਆਪਸ ਵਿੱਚ ਪਿਆਰ ਰੱਖੋ, ਨੂੰਹ ਸੱਸ ਪਿਆਰ ਰੱਖੇ, ਪਿਓ ਪੁੱਤ ਪਿਆਰ ਰੱਖੇ, ਭਾਈ ਭਾਈ ਪਿਆਰ ਰੱਖੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਨਾ ਬਣੋ, ਸਹੀ ਸਮਾਜ ਸਿਰਜੋ, ਸਹੀ ਸਮਾਜ ਦੀ ਸਿਰਜਣਾ ਕਰੋ। ਤੂੰ ਤੂੰ ਮੈਂ ਨਾ ਕਰੋ ਦੁਨੀਆਂ ਦੇ ਵਿੱਚ, ਤੁਹਾਡੀਆਂ ਲੜਾਈਆਂ ਦਾ ਫਾਇਦਾ ਅਦਾਲਤਾਂ ਨੂੰ ਜਾਂਦਾ, ਤੁਹਾਡੀਆਂ ਮਿਹਨਤਾਂ ਅਦਾਲਤਾਂ ਵਿੱਚ। ਗੁਰਮੁਖੋ ਇਹ ਕੋਈ ਤੁਹਾਡੀ ਮਿਹਨਤ ਦਾ ਪੈਸਾ ਕਿਉਂ ਲੁਟਾਈਏ, ਕਿਉਂ ਵਕੀਲਾਂ ਕੋਲ, ਕਿਉਂ ਦਲੀਲਾਂ ਲੈਣ ਵਾਸਤੇ ਵਕੀਲਾਂ ਕੋਲ ਪੈਸਾ ਉਡਾਉਂਦੇ ਹੋ? ਨਾ ਲੜਾਈਆਂ ਕਰੋ, ਨਾ ਝਗੜੇ ਕਰੋ, ਨਾ ਬਦਖੋਈਆਂ ਕਰੋ। ਤੁਹਾਡੀ ਤੁਹਾਡੀ ਮਿਹਨਤ ਦੀ ਮਾਇਆ ਤੁਹਾਡੀ ਪੋਕਟ 'ਚ, ਤੁਹਾਡੇ ਖਜ਼ਾਨੇ 'ਚ, ਤੁਹਾਡੇ ਅਕਾਊਂਟ 'ਚ। ਸਹੀ ਸਮਾਜ ਸਿਰਜੋ, ਮੈਂ ਬੇਨਤੀ ਕਰਦਾ। ਗੁਰੂ ਨਾਨਕ ਸਾਹਿਬ ਕੀ ਨਹੀਂ ਸੀ ਕਰ ਸਕਦੇ, ਪਰ ਹੰਕਾਰੀਆਂ ਦਾ ਹੰਕਾਰ ਤੋੜਿਆ। ਪਾਤਸ਼ਾਹ ਕਹਿਣ ਲੱਗੇ ਉੱਪਰ ਚਲੇ ਜਾ, ਪਹਾੜੀ ਤੇ ਚੜ ਜਾ, ਇੱਕ ਬਲੀ ਕੰਧਾਰੀ ਨਾਮਕ ਪੀਰ ਰਹਿੰਦਾ, ਉਹਦੇ ਕੋਲ ਪਾਣੀ ਤੈਨੂੰ ਮਿਲ ਜਾਏਗਾ ਪੀਣ ਵਾਸਤੇ। ਸਤਿਵਚਨ ਮਹਾਰਾਜ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ, ਜਿਹਨੇ ਸਭ ਜਾ ਕੇ ਆਪਣਾ ਸਮਝ ਲਿਆ ਆਪਣਾ ਤੇ ਬਗਾਨਾ। ਗੁੱਝੀ ਰਮਜ ਸੀ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ ਹਰ ਬੰਦਾ ਨੀ, ਮਹਾਂਪੁਰਸ਼ਾਂ ਦੀ ਰੱਬ ਦੇ ਪਿਆਰਿਆਂ ਦੀ ਰਮਜ ਨੀ ਸਮਝਦਾ। ਸਤਿਵਚਨ ਮਹਾਰਾਜ ਕਹਿੰਦੇ ਉੱਪਰ ਗਏ, ਸ਼ਾਰਟਕਟ ਬੇਨਤੀ, ਟੁੱਕ ਮਾਤਰ ਵਿਚਾਰ, ਇਤਿਹਾਸ ਤੋਂ ਸਾਰੇ ਜਾਣੂ ਹੋ ਆਪ ਜੀ, ਸਾਰਿਆਂ ਨੂੰ ਪਤਾ ਇਸ ਇਤਿਹਾਸ ਦਾ। ਸਿਰਫ ਮੈਂ ਗੱਲ ਇੰਨੀ ਕਰਨਾ ਚਾਹੁੰਦਾ, ਜਾਂ ਤੂੰ ਮੇਰਾ ਤਾਂ ਕਿਆ, ਇੰਨੀ ਕੀ ਗੱਲ ਤੇ ਮੈਂ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਕਹਿੰਦੇ ਉੱਪਰ ਗਏ, ਉੱਪਰ ਜਾ ਕੇ ਆਵਾਜ਼ ਮਾਰੀ, ਸਤਿ ਕਰਤਾ ਧੰਨ ਗੁਰੂ ਨਾਨਕ ਦੇਵ ਜੀ, ਤੂੰ ਹੀ ਨਿਰੰਗ
ਇਹ ਕ੍ਰੋਧ ਦਾ ਭਰਿਆ ਅੰਦਰੋਂ ਬਾਹਰ ਨਿਕਲਿਆ, ਕਹਿੰਦੇ ਮੇਰੇ ਦਰਵਾਜੇ ਦੇ ਮੂਹਰੇ ਖੜਾ ਹੋ ਕੇ ਧੰਨ ਗੁਰੂ ਨਾਨਕ ਕਹਿਣ ਵਾਲਾ ਕੌਣ ਆ ਗਿਆ? ਆਖੋ ਸਤਨਾਮ। ਮੇਰੇ ਦਰਵਾਜੇ ਤੇ ਖੜਾ ਹੋ ਕੇ ਨਾਨਕ ਨੂੰ ਪੁਕਾਰਨ ਵਾਲਾ ਕਿਹੜਾ ਆ ਗਿਆ? ਕਹਿੰਦੇ ਜਦੋਂ ਮੈਂ ਆਹਮੋ ਸਾਹਮਣੇ ਅੱਖਾਂ ਚੱਖਾਂ ਪਈਆਂ ਵਲੀ ਗੰਧਾਰੇ ਦੀ, ਇੱਧਰ ਭਾਈ ਮਰਦਾਨਾ ਜੀ ਦੀਆਂ, ਤੇ ਭਾਈ ਮਰਦਾਨਾ ਜੀ ਨੇ ਬੜੇ ਪਿਆਰ ਨਾਲ ਹੱਥ ਜੋੜੇ ਤੇ ਕਿਹਾ, ਪੀਰ ਜੀ ਦੋ ਘੁੱਟਾਂ ਜਲਦੀਆਂ ਮਿਲ ਜਾਣਗੀਆਂ, ਪਿਆਸ ਬੜੀ ਲੱਗੀ ਹੈ। ਸ਼ਿਕਾਇਆ ਕਰੋ ਲੰਗਰ ਕਿਸੇ ਗਰੀਬ ਗੁਰਬੇ ਨੂੰ, ਮੈਂ ਇੱਕ ਬੇਨਤੀ ਕਰਾਂ, ਕਿਸੇ ਲੋੜਵੰਦ ਦੀ ਮਦਦ ਕਰਿਆ ਕਰੋ। ਸੜਕਾਂ ਤੇ ਲੰਮੇ ਪੈ ਪੈ ਕੇ ਨਾ ਲੋਕਾਂ ਨੂੰ ਰੋਟੀਆਂ ਖਵਾਇਆ ਕਰੋ, ਜਿਹੜੇ ਭੁੱਖੇ ਧਿਆਏ ਮਰ ਰਹੇ ਨੇ ਉਹਨਾਂ ਦੀ ਸੇਵਾ ਕਰਿਆ ਕਰੋ। ਇਹ ਦੁਨੀਆਂ ਦੇ ਲੋਕੋ, ਉਹਨਾਂ ਨੂੰ ਪ੍ਰਸ਼ਾਦਾ ਪੁੱਛਿਆ ਕਰੋ। ਪੁਰਾਣੇ ਜ਼ਮਾਨੇ ਵਿੱਚ, ਅੱਜ ਤੋਂ 70 ਸਾਲ 60 ਸਾਲ ਪਿੱਛੇ ਜਾਓ, ਤੇ ਮਾਈਆਂ ਘਰ ਵਿੱਚ ਸਾਰੇ ਟੱਬਰ ਦਾ ਪ੍ਰਸ਼ਾਦਾ ਬਣਾ ਕੇ ਤੇ ਦੋ ਪ੍ਰਸ਼ਾਦੇ ਵਾਧੂ ਛਿੱਕੂ 'ਚ ਰੱਖਣੇ। ਕਿਉਂ ਰੱਖਣੇ? ਕਿ ਘਰ ਵਿੱਚ ਕੋਈ ਫਕੀਰ ਨਾ ਆ ਜਾਵੇ ਪ੍ਰਸ਼ਾਦਾ ਛਕਣ ਵਾਸਤੇ। ਅੱਛਾ, ਜੇ ਨਾ ਕੋਈ ਫਕੀਰ ਆਇਆ, ਉਹ ਪ੍ਰਸ਼ਾਦੇ ਕੀ ਨਿੱਕੀ ਨਿੱਕੀ ਬੁਰਕੀ ਕਰਨੀ ਤੇ ਕੋਠੇ ਤੇ ਪਾ ਦੇਣਾ, ਹੋਰ ਨਹੀਂ ਤੇ ਚਿੜੀਆਂ ਹੀ ਚੋਗਾ ਖਾ ਲੈਣਗੀਆਂ, ਚਿੜੀਆਂ ਹੀ ਦੋ ਪ੍ਰਸ਼ਾਦੇ ਖਾ ਲੈਣਗੀਆਂ। ਹਰ ਰੋਜ਼ ਦੋ ਪ੍ਰਸ਼ਾਦੇ ਬਣਨੇ ਤੇ 365 ਦਿਨਾਂ ਨੂੰ ਕਰ ਲਿਓ, ਕਿੰਨੇ ਕਿੰਨਿਆਂ ਜੀਵਾਂ ਦਾ ਲੰਗਰ ਹੋ ਜਾਂਦਾ। ਹੁਣ ਤਾਂ ਜ਼ਮਾਨਾ ਉਲਟ ਹੋ ਗਿਆ। ਇਹ ਰਸੋਈ 'ਚ ਬੀਬੀ ਪਹਿਲੇ ਵੜਦੀ ਹੈ ਤੇ ਪੁੱਛਦੀ ਹੈ, ਕਾਕਾ ਤੂੰ ਕਿੰਨੀਆਂ ਖਾਣੀਆਂ, ਗੁੱਡੀ ਤੂੰ ਕਿੰਨੀਆਂ ਖਾਣੀਆਂ, ਫਕੀਰ ਸਾਈਂ ਤੂੰ ਕਿੰਨੀਆਂ ਖਾਣੀਆਂ। ਜੇ ਕਿਤੇ ਕਾਕਾ 3 ਤੋਂ 4 ਖਾ ਲਵੇ, ਆਪ ਵਿਚਾਰੀ ਖਾਂਦੀ ਨਹੀਂ, ਭੁੱਖੀ ਸੌਂ ਜਾਂਦੀ ਆ। ਆਖੋ ਸਤਨਾਮ। ਖਾਣਾ ਇੰਨੇ ਕੀ ਇਹਦੇ ਵਾਸਤੇ ਬਚੀ ਨਹੀਂ, ਪਕਾਈਆਂ ਹੀ ਓਨੀਆਂ ਖਾਣੀਆਂ ਇੰਨੇ ਕੀ ਆ ਵਿਚਾਰੀ ਨੇ। ਏਦਾਂ ਨਾ ਕਰਿਆ ਕਰੋ ਦੁਨੀਆਂ ਦੇ ਲੋਕੋ, ਦੋ ਪ੍ਰਸ਼ਾਦੇ ਜ਼ਰੂਰ ਆਪਣੇ ਘਰ ਵਿੱਚ। ਤੁਹਾਡੇ ਘਰ ਵਿੱਚ ਕੋਈ ਮੰਗਣ ਵਾਲਾ ਆ ਜਾਂਦਾ, ਕੋਈ ਭੁੱਖਾ ਤੇ ਆਇਆ ਹੁੰਦਾ ਤੇ ਕਹਿੰਦਾ ਨਾ ਪ੍ਰਸ਼ਾਦਾ ਛਕ ਲਓ, ਜੇ ਕੋਈ ਕਹਿੰਦਾ ਨਾ ਪ੍ਰਸ਼ਾਦਾ ਛਕਾ ਦਿਓ, ਜੇ ਦੋ ਹੋਣਗੇ ਤਾਂ ਛਕਾਉਂਗੇ, ਜੇ ਤੁਹਾਡੇ ਕੋਲ ਹੋਏਗਾ ਕੁਝ ਨਹੀਂ ਤੇ ਛਕਾਉਂਗੇ ਕੀ? ਜੇ ਦੋ ਪ੍ਰਸ਼ਾਦੇ ਵੀ ਤੁਹਾਡੇ ਘਰੋਂ ਕੋਈ ਛਕ ਗਿਆ, ਉਹ ਤੁਹਾਨੂੰ ਸਾਰੀ ਉਮਰ ਵਿੱਚ ਓਨੀਆਂ ਅਸੀਸਾਂ ਨਹੀਂ ਮਿਲਣੀਆਂ ਜਿੰਨਾ ਉਹਨੇ ਦੋ ਪ੍ਰਸ਼ਾਦੇ ਖਾ ਕੇ ਤੁਹਾਨੂੰ ਅਸੀਸਾਂ ਦਿੰਦਿਆਂ ਚਲ ਜਾਣਾ। ਆਖੋ ਸਤਨਾਮ। ਤੇ ਇਸ ਗੱਲ ਦਾ ਭੁਲੇਖਾ ਮਨ ਵਿੱਚੋਂ ਕੱਢਿਓ ਕਿ ਅਸੀਂ ਛਕਾਇਆ, ਜੇ ਦੋ ਪ੍ਰਸ਼ਾਦੇ ਕੋ ਭੁੱਖਾ ਛਕ ਗਿਆ ਨਾ, ਐ ਜਾਣਿਓ ਤੁਹਾਡੇ ਘਰ ਵਿੱਚ ਗੁਰੂ ਨਾਨਕ ਦਾ ਸੱਚਾ ਸੌਦਾ, ਗੁਰੂ ਨਾਨਕ ਦਾ ਲੰਗਰ ਚੱਲ ਰਿਹਾ। ਕਦੇ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ 10 ਖਾਂ। ਪੜ੍ਹੀਏ ਇੱਕ ਪੰਕਤੀ ਜਰਾ। ਆ 4-5 ਪੰਕਤੀਆਂ ਜੀ ਸੁਣਿਓ ਵੀ, ਵਿਚਾਰਿਓ ਵੀ ਤੇ ਨਾਲ ਬੋਲਿਓ ਵੀ। ਅੱਜ ਘਰ ਜਾ ਕੇ ਜਦੋਂ ਆਰਾਮ ਕਰਨਾ ਨਾ, ਇਸ ਸ਼ਬਦ ਨੂੰ, ਇਸ ਪੰਕਤੀਆਂ ਨੂੰ ਪੜ੍ਹਿਓ ਜ਼ਰੂਰ ਤੇ ਨਾਲ ਵਿਚਾਰਿਓ ਵੀ, ਕੀਤਾ ਕੀ ਅੱਜ ਤੱਕ? ਬਈ ਕਦੇ ਕਿਸੇ ਰੋਂਦੇ ਨੂੰ ਹਸਾਇਆ ਈ ਤੇ 10 ਖਾਂ। ਕਦੇ ਕਿਸੇ ਰੋਂਦੇ ਨੂੰ ਹਸਾਇਆ ਈ ਤੇ 10 ਖਾਂ। ਕਦੇ ਕਿਸੇ ਰੋਂਦੇ ਨੂੰ ਹਸਾਇਆ ਈ ਤੇ 10 ਖਾਂ। ਉਹ ਕਦੇ ਕਿਸੇ ਰੋਂਦੇ ਨੂੰ ਹਸਾਇਆ ਈ ਤੇ 10 ਖਾਂ। ਉਹ ਕਦੇ ਕਿਸੇ ਵਿਛੜੇ ਨੂੰ ਮਿਲਾਇਆ ਈ ਤੇ 10 ਖਾਂ। ਉਹ ਕਦੇ ਕਿਸੇ ਵਿਛੜੇ ਨੂੰ ਮਿਲਾਇਆ ਈ ਤੇ 10 ਖਾਂ। ਕਦੇ ਕਿਸੇ ਵਿਛੜੇ ਨੂੰ
ਹੋਇਆ ਜ਼ਖਮ ਜੇ ਕਦੇ ਵੀ ਨਸ਼ੀਤਾ ਪਾਟਾ ਹੋਇਆ ਜ਼ਖਮ ਜੇ ਕਦੇ ਵੀ ਨਸ਼ੀਤਾ ਤੂੰ ਐਵੇਂ ਮਾੜਾ ਫੇਰੀ ਬੰਦੇ ਕੱਖ ਵੀ ਨਹੀਂ ਕੀਤਾ ਕਿਸੇ ਭੁੱਖੇ ਨੂੰ ਰਜਾਈ ਤੇ ਦਸ ਖਾਂ ਕਦੇ ਕਿਸੇ ਭੁੱਖੇ ਨੂੰ ਰਜਾਈ ਤੇ ਦਸ ਖਾਂ ਬੋਲੋ ਕਦੇ ਕਿਸੇ ਭੁੱਖੇ ਨੂੰ ਰਜਾਈ ਤੇ ਦਸ ਖਾਂ ਕਦੇ ਕਿਸੇ ਰੋਂਦੇ ਨੂੰ ਹਸਾਈ ਤੇ ਦਸ ਖਾਂ ਕਦੇ ਕਿਸੇ ਰੋਂਦੇ ਨੂੰ ਹਸਾਈ ਤੇ ਦਸ ਖਾਂ ਕਦੇ ਕਿਸੇ ਰੋਂਦੇ ਨੂੰ ਹਸਾਈ ਤੇ ਦਸ ਖਾਂ ਕਦੇ ਕਿਸੇ ਰੋਂਦੇ ਨੂੰ ਹਸਾਇਆ ਤੇ ਦਸ ਖਾਂ ਕਦੇ ਕਿਸੇ ਵਿਛੜੇ ਨੂੰ ਮਲਾਇਆ ਤੇ ਦਸ ਖਾਂ ਜੇ ਪਾਟਾ ਹੋਇਆ ਜ਼ਖਮ ਤੂੰ ਕਦੇ ਵੀ ਨਹੀਂ ਸੀਤਾ ਤੂੰ ਐਵੇਂ ਮਾੜਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਬਹੁਤਾ ਵਾਹਿਗੁਰੂ 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 ਕਰਨ ਦਾ ਬਹੁਤਾ ਕੋਈ ਫਾਇਦਾ ਨਹੀਂ ਜੀ ਅੰਦਰੋਂ ਈਰਖਾ ਨਾਲ ਭਰੇ ਹੋਏ ਹੋ ਤੁਸੀਂ ਜੇ ਦੂਸਰੇ ਦੇ ਦੁੱਖ ਨੂੰ ਦੁੱਖ ਨਹੀਂ ਨਾ ਜਾਣਦੇ ਜੇ ਦੂਸਰੇ ਦੀ ਬਿਪਤਾ ਨੂੰ ਬਿਪਤਾ ਨਹੀਂ ਜਾਣਦੇ ਦੂਸਰੇ ਦੀ ਤਕਲੀਫ ਨੂੰ ਤਕਲੀਫ ਨਹੀਂ ਜਾਣਦੇ ਤੇ ਐਵੇਂ ਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰੋ ਤੜਕੇ ਉੱਠ ਕੇ ਰੱਬ ਕਿੱਥੇ ਆ ਜੀ ਰੱਬ ਇਨਸਾਨਾਂ ਦੇ ਬੋਲੋ ਬੋਲੋ ਰੱਬ ਇਨਸਾਨਾਂ ਦੇ ਨਾ ਮੰਦਿਰ ਮੈਂ ਨਾ ਮਸਜਿਦ ਮੈਂ ਨਾ ਕਾਸ਼ੀ ਕੈਲਾਸ਼ ਮੈਂ ਉਸਕੋ ਕਹਾਂ ਢੂੰਡੇ ਬੰਦੇ ਹੋ ਜੋ ਤੇਰੇ ਅੰਦਰ ਵਸਦਾ ਇਨਸਾਨਾਂ ਦਾ ਇਨਸਾਨ ਸਾਥ ਦਿੰਦੇ ਹੁੰਦੇ ਆ ਤੇ ਕਿਸੇ ਦੇ ਦੁੱਖ ਦੇ ਸ਼ਰੀਕ ਬਣਿਆ ਕਰੋ ਕਿਸੇ ਨੂੰ ਦੁੱਖ ਦਿਆ ਨਾ ਕਰੋ ਕਿਸੇ ਨੂੰ ਬਿਪਤਾ ਵਿੱਚ ਪਾਇਆ ਨਾ ਕਰੋ ਕਿਸੇ ਨੂੰ ਤਕਲੀਫ ਵਿੱਚੋਂ ਕੱਢੋ ਸਾਡੇ ਮਹਾਂਪੁਰਸ਼ ਜਦ ਵਚਨ ਕਰਦੇ ਹੁੰਦੇ ਸੀ ਉਹ ਕਹਿਣਾ ਉਹਨਾਂ ਨੇ ਕਹਿਣਾ ਸਾਰਿਆਂ ਦਾ ਭਲਾ ਮੰਗਿਆ ਕਰੋ ਜਿਹੜਾ ਇਨਸਾਨ ਗੁਰੂ ਨਾਨਕ ਦਾ ਸੱਚਾ ਸੁੱਚਾ ਸਿੱਖ ਹੈ ਸਾਰਿਆਂ ਦਾ ਭਲਾ ਮੰਗਦਾ ਤੇ ਜਿਹੜਾ ਸਿੱਖ ਸਾਰਿਆਂ ਦਾ ਭਲਾ ਮੰਗਦਾ ਗੁਰੂ ਨਾਨਕ ਉਹਦਾ ਭਲਾ ਉੱਪੇ ਹੀ ਕਰ ਦਿੰਦੇ ਆ ਆਖੋ ਸਤਨਾਮ ਆਪਣਾ ਭਲਾ ਨਹੀਂ ਮੰਗਣਾ ਆਪਣੀ ਸੋਭਾ ਆਪ ਨਹੀਂ ਕਰਨੀ ਤੁਸੀਂ ਦੂਜਿਆਂ ਦਾ ਭਲਾ ਕਰੀ ਜੋ ਦੂਜਿਆਂ ਦੀ ਸੇਵਾ ਕਰੀ ਜੋ ਮਾਲਕ ਨੇ ਆਪਣੇ ਆਪ ਤੁਹਾਡੀ ਸੇਵਾ ਨੂੰ ਫੜ ਲਈ ਜਾਣਾ ਭਲਾ ਮੰਗਿਆ ਕਰੋ ਮਹਾਰਾਜ ਕਹਿੰਦੇ ਪੀਰ ਜੀ ਦੋ ਘੁੱਟਾਂ ਪਾਣੀ ਦੀਆਂ ਦੇ ਦਿਓ ਕਹਿੰਦੇ ਕੌਣ ਹੈ ਤੂੰ ਕਹਿੰਦੇ ਜੀ ਮੇਰਾ ਨਾਮ ਮਰਦਾਨਾ ਕਿੱਥੋਂ ਆਇਆ
ਕਹਿੰਦੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਪੀਰਾਂ ਨਪੀਰ ਮੇਰੇ ਸਤਿਗੁਰੂ ਉਹਨਾਂ ਦੇ ਨਾਲ ਉਦਾਸੀਆਂ ਤੇ ਆ ਇਸ ਧਰਤੀ ਤੇ ਆਏ ਆ ਪਿਆਸ ਲੱਗੀ ਸੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਨੇ ਆਹ ਵਚਨ ਕੀਤਾ ਕਿ ਉੱਪਰ ਚਲੇ ਜਾ ਆਪ ਜੀ ਦਾ ਨਾਮ ਲਿਆ ਕਿਉਂ ਸਤਿਗੁਰੂ ਜਾਣਦੇ ਆ ਜਾਣੀ ਜਾਣ ਦਿਲਾਂ ਦੀਆਂ ਜਾਣ ਲੈਂਦੇ ਨੇ ਸਾਡੀ ਚੰਗੀ ਮਾੜੀ ਭਾਵਨਾ ਪਛਾਣ ਲੈਂਦੇ ਨੇ ਸਤਿਗੁਰ ਦੇ ਨਾਲ ਧੋਖਾ ਨਾ ਕਰਿਆ ਕਰੋ ਸਤਿਗੁਰ ਦੇ ਨਾਲ ਐਵੇਂ ਠੱਗਾ ਠੋਰੇ ਨਾ ਕਰਿਆ ਕਰੋ ਸਭ ਜਾਣਦਾ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛੁਪਾਵੇ ਸਤਿਗੁਰ ਦੇ ਘਰ ਆ ਕੇ ਨੇਤਰਾਂ ਨੂੰ ਸਿੱਧੇ ਰੱਖਿਆ ਕਰੋ ਅੱਖਾਂ ਨੂੰ ਸਿੱਧੇ ਰੱਖਿਆ ਕਰੋ ਕੰਨਾਂ ਨੂੰ ਕਾਬੂ 'ਚ ਰੱਖਿਆ ਕਰੋ ਰਸਨਾਂ ਨੂੰ ਕਾਬੂ 'ਚ ਰੱਖਿਆ ਕਰੋ ਠੱਗਾ ਠੱਗੀ ਠੋਰੀ ਨਾ ਕਰਿਆ ਗੁਰੂ ਗੁਰੂ ਨਾਨਕ ਦੇ ਘਰ ਵਿੱਚ ਆਣ ਕੇ ਨਹੀਂ ਤਾਂ ਇਹਦਾ ਹਸ਼ਰ ਬੜਾ ਮਾੜਾ ਹੁੰਦਾ ਆਖੋ ਸਤਨਾਮ ਕਹਿੰਦੇ ਜਿਹਦੀ ਤੂੰ ਇੰਨੀ ਸੋਭਾ ਕਰਦਾ ਤੂੰ ਉਹਨੂੰ ਪੀਰ ਦੱਸਦਾ ਨਾਨਕ 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 ਕਹਿੰਦਾ ਆ ਤੂੰ ਏਡਾ ਵੱਡਾ ਉਹਨੂੰ ਦੱਸਦਾ ਕੀ ਗੱਲ ਉਹ ਤੈਨੂੰ ਦੋ ਘੁੱਟਾਂ ਪਾਣੀ ਦੀਆਂ ਨਹੀਂ ਦੇ ਸਕਦਾ ਜਿਹੜਾ ਤੈਨੂੰ ਦੋ ਘੁੱਟਾਂ ਪਾਣੀ ਦੀਆਂ ਨਹੀਂ ਦੇ ਸਕਦਾ ਤੈਨੂੰ ਮੁਕਤੀ ਕਿੱਥੋਂ ਦੇ ਦੂੰ ਇਹ ਤੋੜਨ ਦੇ ਤਰੀਕੇ ਹੁੰਦੇ ਆ ਨਿੰਦਕਾਂ ਦੇ ਕੋਲ ਇਹ ਬੇਈਮਾਨਾਂ ਦੇ ਕੋਲ ਇਹ ਸਭ ਤੋਂ ਵੱਡਾ ਹਥਿਆਰ ਹੁੰਦਾ ਲੈ ਜੀ ਫਲਾਨੇ ਬਾਬੇ ਕੋਲ ਕੀ ਆ ਤੂੰ ਉਹਦੇ ਕੋਲ ਕੀ ਕਰਨ ਜਾਂਦਾ ਸਾਡੇ ਕੋਲ ਆ ਅਸੀਂ ਤੈਨੂੰ ਦੇਸੀ ਇਲਾਜ ਦੱਸਦੇ ਹਾਂ ਇਹ ਤੋੜਨ ਦੇ ਤਰੀਕੇ ਹੁੰਦੇ ਆ ਤੇ ਜਿਹੜੇ ਸੱਚੇ ਹੁੰਦੇ ਆ ਨਾ ਉਹ ਨਹੀਂ ਟੁੱਟਦੇ ਆਖੋ ਸਤਨਾਮ ਲੈ ਜਿੰਨੇ ਤੂੰ ਮਰਜ਼ੀ ਪੋਚੇ ਪਾ ਲੈ ਜਿੰਨੇ ਤੂੰ ਮਰਜ਼ੀ ਖੇਖਣ ਕਰ ਲੈ ਜਿਹੜੇ ਸੱਚੇ ਹੋਣਗੇ ਉਹ ਟੁੱਟਣਗੇ ਨਹੀਂ ਤੇ ਜਿਹੜੇ ਟੁੱਟਣਗੇ ਉਹ ਕੱਚੇ ਹੋਣਗੇ ਆਖੋ ਸਤਨਾਮ ਜਿਹੜੇ ਸੱਚੇ ਹੋਣਗੇ ਉਹ ਤਾਂ ਇੱਕੋ ਹੀ ਇੱਕ ਗੱਲ ਆਪਣੀ ਤ੍ਰਿਕੁਟੀ ਤੇ ਵਸਾ ਕੇ ਰੱਖਦੇ ਪਤਾ ਕਿਹੜੀ ਆ ਹਮੇਸ਼ਾ ਉਹ ਕਹਿੰਦੇ ਰਹਿੰਦੇ ਆ ਕਿ ਐਦਾ ਤਾਂ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਬੋਲੋ ਜੀ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ
ਸੰਸਾਰ ਕਾਹੇ ਗਏ ਕੀ ਲਾਜ ਅਸ ਵਾਹਿਗੁਰੂ 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 ਵਾਹਿ ਸਾਰੇ ਮੰਗ ਲਇਓ ਵਾਹਿਗੁਰੂ 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 ਵਾਹਿ ਸੰਗਤ ਦੀ ਆਵਾਜ਼ ਤੁਹਾਰ ਬਾਹੀਂ ਗਏ ਕੀ ਲਾਜ ਅਸ ਐ ਦਾਤਾ ਜੇ ਤੂੰ ਤੁੱਠਾ ਕਿਰਪਾ ਨਿਧਾਨ ਹੋਰ ਦੂਜਾ ਨਾ ਦਿਖਾਲ ਇਹ ਮੰਗ ਮੰਗਿਆ ਕਰੋ ਜੋ ਦਰ ਜਿਸੇ ਦੇਖ ਕਰ ਸਰ ਝੁਕ ਨਾ ਜਾਏ ਉਸੇ ਦਰ ਨਹੀਂ ਕਹਤੇ ਜੋ ਦਰ ਦਰ ਪੇ ਝੁਕਤਾ ਹੈ ਉਸੇ ਸਰ ਨਹੀਂ ਕਹਤੇ ਜਿਹੜਾ ਥਾਂ ਥਾਂ ਤੇ ਜਾ ਕੇ ਥਾਂ ਥਾਂ ਤੇ ਸਾਧਾਂ ਤੇ ਜਾ ਕੇ ਮੱਥੇ ਟੇਕਦਾ ਨਾ ਉਹਦਾ ਵਿਸ਼ਵਾਸ ਨਾ ਕਰਿਓ ਸਤਿਗੁਰੂ ਇੱਕੋ ਹੀ ਹੁੰਦਾ ਕੋਈ ਨਾ ਬੀਬੀ ਸੀ ਉਹਨਾਂ ਮਹਾਂਪੁਰਸ਼ਾਂ ਕੋਲ ਚਲੇ ਗਏ ਸੁਣਨ ਵਾਲਾ ਵਚਨ ਹੈ ਜੀ ਤੁਹਾਡੇ ਕੰਮ ਆਏਗਾ ਤੇ ਮਹਾਂਪੁਰਸ਼ਾਂ ਚੋਂ ਜਾ ਕੇ ਕਹਿਣ ਲੱਗੀ ਕਹਿੰਦੀ ਬਾਬਾ ਜੀ ਮੈਂ ਗੁਰੂ ਧਾਰਨਾ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ ਪਹਿਲੇ ਕੋ ਧਾਰਿਆ ਸੀ ਇਹ ਕਹਿੰਦੀ ਜੀ ਹਾਂਜੀ ਕਹਿੰਦੀ ਉਹ ਕਹਿੰਦੇ ਜੀ ਉਹ ਪੂਰਾ ਹੋ ਗਿਆ ਕਹਿੰਦੇ ਫੇਰ ਕਹਿੰਦੇ ਫੇਰ ਛਿਆਂ ਕੁ ਮਹੀਨਿਆਂ ਵਿੱਚ ਇੱਕ ਹੋਰ ਲੱਭਿਆ ਕਹਿੰਦੇ ਫੇਰ ਕਹਿੰਦੇ ਉਹਨੂੰ ਉਹਦੇ ਰੰਗ ਦਾ ਅਟੈਕ ਹੋ ਗਿਆ ਉਹ ਤਾਂ ਪੂਰਾ ਹੋ ਗਿਆ ਕਹਿੰਦੇ ਫੇਰ ਕਹਿੰਦੇ ਤਿੰਨ ਚਾਰ ਮਹੀਨੇ ਫੇਰ ਘੁੰਮਦੀ ਘੁੰਮਦੀ ਰਹੀ ਇੱਕ ਹੋਰ ਮਿਲਿਆ ਕਹਿੰਦੇ ਉਹ ਕਹਿੰਦੇ ਜੀ ਉਹ ਵੀ ਹਾਰਟ ਦਾ ਮਰੀਜ਼ ਸੀ ਵਿਚਾਰਾ ਉਹ ਵੀ ਬਹੁਤੇ ਦਿਨ ਨਹੀਂ ਕੱਢੇ ਉਹ ਵੀ ਪੂਰਾ ਹੋ ਗਿਆ ਤੇ ਮਹਾਂਪੁਰਸ਼ ਹੱਸ ਕੇ ਹੱਸ ਜੋੜ ਕਹਿਣ ਲੱਗੇ ਬੀਬਾ ਮੈਨੂੰ ਬਖਸ਼ ਦੇ ਤੂੰ ਅੱਗੇ ਤਿੰਨ ਖੋਡੇ ਲੈਣ ਲਾਈਆਂ ਆਖੋ ਸਤਨਾਮ ਤੂੰ ਅੱਗੇ ਤਿੰਨ ਖੁੱਡੇ ਲੈਣ ਲਾਈਆਂ ਮੈਨੂੰ ਬਖਸ਼ ਦੇ ਉਹ ਗੁਰੂ ਨਹੀਂ ਕਦੇ ਮਰਦਾ ਹੁੰਦਾ ਮੈਂ ਇੱਕ ਬੇਨਤੀ ਕਰਾਂ ਗੁਰੂ ਤਾਂ ਹਮੇਸ਼ਾ ਜਾਗਦਾ ਰਹਿੰਦਾ ਉਹ ਦੁਨੀਆਂ ਦੇ ਲੋਕੋ ਜਾਗਤ ਜੋਤ ਜਪੈ ਨਿਸਬਸੁਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਬੋੜ ਮਣੀ ਪਟ ਭੂਲ ਨਾ ਮਾਨੈ ਗੁਰੂ ਨੀ ਕਦੇ ਮਰਦਾ ਹੁੰਦਾ ਗੁਰੂ ਹਮੇਸ਼ਾ ਹੀ ਆ ਗੁਰੂ ਨਾਨਕ ਸਾਹਿਬ ਜਿਉਂਦੇ ਨੇ ਅੱਜ ਵੀ ਅੱਜ ਤੋਂ 550 ਸਾਲ ਪਿੱਛੇ ਜਾਓ ਦੱਸੋ ਤਾਂ 550 ਸਾਲ ਪਿੱਛੇ ਜਾਣਾ ਉਦੋਂ ਦਾ ਕਦੋਂ ਸਮਾਂ ਸੀ ਅੱਜ ਦੇਖੋ ਤਾਂ ਕਿੰਨੀ ਬੱਲੇ ਬੱਲੇ ਗੁਰੂ ਨਾਨਕ ਦੀ ਵਰਲਡ ਲੈਵਲ ਤੇ ਮਨਾਇਆ ਜਾਣਾ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲ ਕਿੰਨੇ ਨਗਰ ਕੀਰਤਨ ਨੇ ਹਰ ਪਿੰਡ ਦੇ ਵਿੱਚੋਂ ਨਗਰ ਕੀਰਤਨ ਨਿਕਲਣਾ ਜੀ ਹਰ ਪਿੰਡ ਦੇ ਵਿੱਚ ਪ੍ਰਭਾਤ ਫੇਰੀਆਂ ਨਿਕਲਣੀਆਂ ਜੀ ਹਰ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਹੋਣੇ ਆ ਜੀ ਗੁਰੂ ਨਹੀਂ ਕਦੇ ਮਰਦੇ ਹੁੰਦੇ ਤੇ ਸਾਡੀਆਂ ਹੀ ਭੁੱਲਾਂ ਆ ਸਾਡੀਆਂ ਹੀ ਗਲਤੀਆਂ ਨੇ ਲੈ ਵੀ ਇੱਕ ਮਰ ਗਿਆ ਚੱਲ ਦੂਜੇ ਕੋਲ ਦੂਜਾ ਮਰ ਗਿਆ ਚੱਲ ਤੀਜੇ ਕੋਲ ਨਹੀਂ 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 ਇੱਕੋ ਤੇ ਭਰੋਸਾ ਰੱਖਣਾ ਇੱਕੋ ਤੇ ਵਿਸ਼ਵਾਸ ਰੱਖਣਾ ਸਾਈਂ ਤੂੰ ਸਾਡਾ ਸੀ ਅਸੀਂ ਤੇਰੇ ਹਾਂ ਆਖੋ ਸਤਨਾਮ ਵਾਹਿਗੁਰੂ ਵਿਸ਼ਵਾਸ ਰੱਖਿਆ ਅੱਜ ਤੱਕ ਇੱਕ ਤੇ ਸੀਗਾ ਸਤਿਕਾਰ ਅਸੀਂ ਸਾਰਿਆਂ ਦੇ ਕਰਦੇ ਹਾਂ ਕੋਈ ਵੀ ਮਹਾਂਪੁਰਸ਼ ਆਵੇ ਸਭ ਦਾ ਸਤਿਕਾਰ ਕਰਦੇ ਹਾਂ ਪਰ ਟੇਕ ਇੱਕ ਤੇ ਆ ਭਰੋਸਾ ਇੱਕ ਜਦੋਂ ਮਹਾਂਪੁਰਸ਼ ਸਰੀਰ ਛੱਡਿਆ ਸੀ ਨਾ ਸ੍ਰੀ ਮਨ ਸੰਤ ਬਾਬਾ ਹਰਭਜਨ ਸਿੰਘ ਜੀ ਮਹਾਰਾਜ ਧਾਹਾਂ ਨਿਕਲਦੀਆਂ ਸੀ ਕਿ ਸਾਡਾ ਬਣੇਗਾ ਕੀ ਹੁਣ ਸੱਚੀ ਗੱਲ ਹੈ ਭਾਈ ਹਰਜਿੰਦਰ ਸਿੰਘ ਨੇ ਆਣ ਕੇ ਮੈਨੂੰ ਜੱਫੀ ਪਾਈ ਮੇਰਾ ਕੱਚਾ ਨਾਮ ਲਿਆ ਸੀ ਰੋਨਾ ਕਿਉਂ ਆ ਮੈਂ ਕਿਹਾ ਯਾਰ ਸਾਨੂੰ ਕੁੱਤਿਆਂ ਨੇ ਨਹੀਂ ਪੁੱਛਣਾ ਉਹਦੇ ਕਰਕੇ ਉਹਨਾਂ ਕਰਕੇ ਸਾਡੀ ਇੱਜ਼ਤ ਤੇ ਧਾਹ ਨਿਕਲੀ ਸੀ ਤੇ ਮੈਂ ਅੰਦਰ ਬਹਿੰਦਾ ਅੰਦਰ ਬਹਿ ਕੇ ਜਦੋਂ ਰੋਂਦਾ ਸੀ ਨਾ ਤੇ ਮੇਰੇ ਅੰਦਰ ਇੱਕ ਹੌਂਕਾ ਉੱਠਦਾ ਸੀ
ਹੌਂਕਾ ਨਿਕਲਦਾ ਸੀ ਮੇਰੇ ਅੰਦਰ। ਮਾਲੀਆ ਦੇ ਬਾਗ ਸੁਨਾ ਮਾਲੀਆ ਦੇ ਬਾਗ ਸੁਨਾ ਛੱਡ ਕੇ ਨਹੀਂ ਜਾਈਦਾ। 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 ਮਾਲੀਆ ਦੇ ਬਾਗ ਮਾਲੀਆ ਦੇ ਬਾਗ ਸੁਨਾ ਛੱਡ ਕੇ ਨਹੀਂ ਜਾਈਦਾ। ਮਾਲੀਆ ਦੇ ਬਾਗ ਸੁਨਾ ਛੱਡ ਕੇ ਨਹੀਂ ਜਾਈਦਾ। ਮਾਲੀਆ ਦੇ ਬਾਗ ਸੁਨਾ ਛੱਡ ਕੇ ਨਹੀਂ ਜਾਈਦਾ। ਮਾਲੀਆ ਦੇ ਬਾਗ ਸੁਨਾ ਉਹ ਆਪਣੇ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਬਹੁਤਾ ਨਹੀਂ ਰਵਾਈਦਾ। 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 ਆਪਣੇ ਪਿਆਰ ਬਾਗ ਸੁਨਾ ਛੱਡ ਕੇ ਨਹੀਂ ਜਾਈਦਾ। ਮਾਲੀਆ ਦੇ 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 ਬਾਗ ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਮਹਾਰਾਜ ਖਜਾਲੇ ਵਾਲੇ ਦੋਨੇ ਮਹਾਂਪੁਰਸ਼ ਮੇਰੇ ਇੱਕ ਮਹਾਂਪੁਰਸ਼ ਮੇਰੇ ਸੱਜੇ ਪਾਸੇ, ਦੂਜੇ ਮਹਾਂਪੁਰਸ਼ ਮੇਰੇ ਖੱਬੇ ਪਾਸੇ। ਗੁਰਪ੍ਰੀਤ ਸਿੰਘ ਤੇਰੇ ਨਾਲ ਆ, ਕਿਸੇ ਗੱਲੋਂ ਡਰਨਾ ਨਹੀਂ, ਕਿਸੇ ਗੱਲੋਂ ਘਬਰਾਉਣਾ ਨਹੀਂ, ਬਸ ਤੁਰੇ ਰਹਿਣਾ। ਜਦੋਂ ਗੱਡੀਆਂ ਚੱਲਦੀਆਂ ਹੁੰਦੀਆਂ ਬੇਟਾ, ਬੜੇ ਲੋਕ ਪੱਥਰ ਰੱਖਦੇ ਹੁੰਦੇ ਆ, ਪਰ ਪੱਥਰ ਰੱਖਣੇ ਨਾਲ ਗੱਡੀਆਂ ਨਹੀਂ ਰੁਕਦੀਆਂ ਹੁੰਦੀਆਂ। ਆਪਣੀ ਰਫਤਾਰ ਨਾਲ ਚੱਲੀ ਜਾਣਾ ਬੇਟਾ। ਬੜਿਆਂ ਦੁੱਖਾਂ ਤਕਲੀਫਾਂ ਦਾ ਸਾਹਮਣਾ ਕੀਤਾ ਜੀ ਇਸ ਜ਼ਿੰਦਗੀ ਦੇ ਵਿੱਚ ਮੈਂ, ਬੜਿਆਂ ਨਿੰਦਕਾਂ ਦਾ ਸਾਹਮਣਾ ਕੀਤਾ, ਬੜੇ ਕਠੋਰ ਚਿੱਤ ਵਾਲਿਆਂ ਦਾ ਸਾਹਮਣਾ ਕੀਤਾ, ਪਰ ਤੁਹਾਡੇ ਸਾਹਮਣੇ ਹੀ ਆ ਸਤਿਗੁਰ ਦੀ ਕਿਰਪਾ। ਅੱਜ ਉਸ ਜਿਸ ਬਾਗ ਦੀ ਮੈਨੂੰ ਫਿਕਰ ਸੀ, ਮਹਾਂਪੁਰਸ਼ਾਂ ਨੂੰ ਫਿਕਰ ਸੀ ਕਿ ਬਣੇਗਾ ਕੀ, ਅੱਜ ਉਹੀ ਬਾਗ ਦੇਖੋ ਫਿਰ ਸੰਗਤਾਂ ਰੂਪੀ ਫੁੱਲਾਂ ਨਾਲ ਹਰਿਆ ਭਰਿਆ। ਅੱਜ ਵੀ ਘੱਟ ਨਹੀਂ ਨਿੰਦਕਾਂ ਦਾ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਥੱਲੇ ਸੁੱਟੀਏ। ਕਦੇ ਕਿੱਦਾਂ ਦੀਆਂ ਗੱਲਾਂ, ਕਦੇ ਕਿੱਦਾਂ ਦੀਆਂ ਅਫਵਾਹਾਂ, ਕਦੇ ਕਿੱਦਾਂ ਦੀਆਂ ਬਦਖੋਈਆਂ ਕਰਦੇ ਆ, ਪਰ ਮੈਨੂੰ ਇਹਨਾਂ ਦੀਆਂ ਬਦਖੋਈਆਂ ਦੀ ਕੋਈ ਪਰਵਾਹ ਨਹੀਂ। ਜਾਂ ਤੂੰ ਮੇਰਾ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਤੇਰਾ ਬੰਦਾ ਤਾਂ ਅਸੀਂ ਤੇਰੇ ਬਣ ਗਏ। ਜਦ ਤੂੰ ਸਾਡੇ ਨਾਲ ਆ ਅਸੀਂ ਤੇਰੇ ਬੱਚੇ ਆ। ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਵੈ। ਬੜੀਆਂ ਗੱਲਾਂ ਕਰਦੇ ਜੀ ਲੋਕ, ਉਹਦੇ ਕੋਲ ਕੀ ਹੈ ਜੀ, ਉਹਦੇ ਕੋਲ ਕੀ ਕਰਨ ਜਾਂਦੇ ਹੋ ਜੀ, ਉਹ ਤਾਂ ਐਵੇਂ ਤੁਰੇ ਫਿਰਦੇ ਜੀ, ਐਵੇਂ ਕੀਰਤਨ ਕਰਕੇ ਬਸ ਲੋਕ ਉਹਨਾਂ ਨੂੰ। ਮੈਂ ਤਾਂ ਆਪ ਕਹਿੰਦਾ ਮੇਰੇ ਕੋਲ ਕੁਝ ਨਹੀਂ, ਅਸੀਂ ਤਾਂ ਆਪ ਕਹਿੰਦੇ ਹਾਂ, ਲਾਈਵ ਚੱਲਦਾ ਸਾਰੇ ਸੁਣਦੇ। ਮੈਂ ਤਾਂ ਕਹਿੰਦਾ ਮੇਰੇ ਕੋਲ ਕੁਝ ਨਹੀਂ, ਮੈਂ ਇਹੀ ਕਹਿੰਦਾ ਭਾਈ ਮੇਰੇ ਕੋਲ ਆਉਣ ਵਾਲੇ ਹੋ, ਸਤਿਗੁਰੂ ਦੇ ਸਾਹਮਣੇ ਸਨਮੁਖ ਹੋਵੋ, ਮੈਂ ਵੀ ਉੱਥੇ ਹੀ ਪਹੁੰਚਣਾ ਸਵੇਰੇ ਸ਼ਾਮ। ਆਖੋ ਸਤਨਾਮ, ਮੈਂ ਵੀ ਉੱਥੇ ਹੀ ਪਹੁੰਚਣਾ। ਉਹ ਬਾਣੀ ਨਾਲ ਜੁੜੋ,
ਸਤਿਗੁਰ ਦੇ ਸਤਿਗੁਰ ਦੇ ਸਿਮਰਨ ਨਾਲ ਜੁੜੋ। ਸਤਿਗੁਰ ਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੈ ਵਸ ਹੈ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ। ਮੈਂ ਕਹਿੰਦਾ ਯਾਰ ਸਤਿਗੁਰ ਕੋਲ ਜਾਓ ਜੇ ਫੇਰ ਵੀ ਲੋਕ ਮੈਨੂੰ ਪਿਆਰ ਕਰਦੇ ਆ। ਸੱਚੀ ਗੱਲ ਹੈ, ਸਮਾਂ ਨੀ ਮਿਲਦਾ ਜੀ ਕਈਆਂ ਪਰਿਵਾਰਾਂ ਨੂੰ। ਹੁਣ ਜੇ ਲੋਕ ਪਿਆਰ ਕਰਦੇ ਆ, ਜੇ ਲੋਕ ਫੁੱਲਾਂ ਵਾਂਗ ਚੁੱਕਦੇ ਆ, ਤੇ ਹੁਣ ਮੇਰਾ ਕੀ ਕਸੂਰ ਹੈ? ਤੇ ਮੈਨੂੰ ਹਮੇਸ਼ਾ ਆਪ ਜੀ ਦਾ ਪਿਆਰ ਮਿਲਦਾ ਰਹੇ, ਇਹੀ ਮੇਰੀ ਅਰਦਾਸ ਹੈ। ਇਹ ਮਹਾਂਪੁਰਸ਼ਾਂ ਦਾ ਲਾਇਆ ਹੋਇਆ ਬੂਟਾ, ਇਹੋ ਹੀ ਮੈਂ ਦੋ ਵੇਲੇ ਅਰਦਾਸ ਕਰਦਾ ਕਿ ਮਹਾਰਾਜ ਮਹਾਂਪੁਰਖਾਂ ਦੇ ਇਸ ਅਸਥਾਨ ਨੂੰ ਸਦੀਵ ਕਰ ਲਈ, ਚੜ੍ਹਦੀ ਕਲਾ ਚ ਰੱਖੀ, ਗੁਰਸਿੱਖੀ ਦਾ ਕੇਂਦਰ ਬਣਾ ਕੇ ਰੱਖੀ, ਦਿਨ ਦੁੱਗਣੀ ਤੇ ਰਾਤ ਚੌਗਣੀ ਰੱਖੀ, ਇਹੀ ਬੇਨਤੀ ਕਰਦੀ। ਕਹਿੰਦੇ ਪਾਣੀ ਦੀਆਂ ਦੋ ਘੁੱਟਾਂ ਹੈ ਤੇ ਦੇ ਦੇ। ਕਹਿੰਦੇ ਤੂੰ ਨਾਨਕ ਨਾਨਕ ਕਰਦਾ, ਜਿਹੜਾ ਨਾਨਕ ਤੈਨੂੰ ਪਾਣੀ ਨਹੀਂ ਦੇ ਸਕਦਾ, ਤੈਨੂੰ ਮੁਕਤੀ ਕਿੱਥੋਂ ਦੇ ਦੂ? ਕਹਿੰਦੇ ਬਹੁਤੀਆਂ ਗੱਲਾਂ ਨਾ ਜਾਣ, ਕਿਉਂਕਿ ਬਹੁਤੀਆਂ ਗੱਲਾਂ ਉਹ ਕਰਦਾ ਹੁੰਦਾ, ਨਿਗੂਰਾ ਬਹੁ ਬਾਤਾਂ ਜਾਣੇ। ਕਹਿੰਦੇ ਜਾ ਭੱਜਾ, ਪਾਣੀ ਪੂਣੀ ਨਹੀਂ ਮਿਲਣਾ, ਜੇ ਮਿਲਣਾ ਮੇਰਾ ਸ਼ਗਿਰਦ ਬਣ, ਮੇਰਾ ਚੇਲਾ ਬਣ, ਮੇਰਾ ਸੇਵਕ ਬਣ। ਕਹਿੰਦੇ ਮਰਤਾ ਜਾਵਾਂਗੇ, ਤੇਰਾ ਸੇਵਕ ਨਹੀਂ ਬਣਦੇ, ਪਿਆਸੇ ਮਰ ਜਾਂਗੇ, ਕੋਈ ਵੱਡੀ ਗੱਲ ਨਹੀਂ, ਤੇਰਾ ਸੇਵਕ ਨਹੀਂ ਬਣਦੇ। ਇਹ ਦਿਲ ਹੈ ਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਸਿਰ ਹੈ ਇਮਾਨਤ ਸਾਈ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਸ ਦਿਲ ਵਿੱਚ ਗੁਰੂ ਨਾਨਕ ਵਸਿਆ ਹੋਇਆ, ਇਸ ਦਿਲ ਵਿੱਚ ਹੋਰ ਕਿਸੇ ਨੂੰ ਜਗ੍ਹਾ ਨਹੀਂ ਮਿਲ ਸਕਦੀ। ਮੇਰੇ ਦਿਲ ਵਿੱਚ ਮੇਰੇ ਗੁਰੂ ਨਾਨਕ ਜੀ ਦਾ ਵਾਸਾ ਹੈ। ਕਹਿੰਦੇ ਜਿੱਦਾਂ ਗਏ ਸੀ ਉੱਦਾਂ ਖਾਲੀ। ਕਹਿੰਦੇ ਤਿੰਨ ਵਾਰੀ ਗਏ ਗੁਰੂ ਨਾਨਕ ਸਾਹਿਬ ਜੀ ਨੇ ਪਰਖਣ ਵਾਸਤੇ, ਸਮਾਂ ਵੀ ਸਮਾਪਤੀ ਦਾ ਮਿੰਟ ਪੰਜ ਸੱਤ ਰਹਿ ਗਏ। ਕਹਿੰਦੇ ਜਦੋਂ ਤੀਜੀ ਵਾਰ ਖਾਲੀ ਮੁੜਿਆ, ਇਹਨੇ ਪਾਣੀ ਨਾ ਦਿੱਤਾ, ਬੜਾ ਕ੍ਰੋਧ ਦੇ ਵਿੱਚ ਲਾਲੋ ਲਾਲ ਹੋਇਆ, ਬਲੀ ਕੰਧਾਰੀ, ਬੜੇ ਫਿੱਕੇ ਫਿੱਕੇ ਬੋਲ ਬੋਲਦਾ, ਮਰਦਾਨੇ ਨੂੰ ਵੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ, ਬੜੇ ਕੌੜੇ ਕੌੜੇ ਬੋਲ ਬੋਲ। ਪਰ ਜਿਹੜੇ ਸਤਿਗੁਰ ਨੂੰ ਮੰਨਣ ਵਾਲੇ ਹੁੰਦੇ, ਜਿਹੜੇ ਸਤਿਗੁਰ ਦੇ ਪਿਆਰੇ ਹੁੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਉਹ ਨਹੀਂ ਮਿੱਠਾ ਮਿੱਠਾ ਬੋਲਿਆ ਗੁਰੂ, ਮੈਂ ਬੇਨਤੀ ਕਰਾਂ, ਤੋਤੇ ਹਰੀਆਂ ਮਿਰਚਾਂ ਖਾ ਕੇ ਵੀ ਮਿੱਠਾ ਬੋਲਦੇ, ਇਹ ਜਲੇਬੀਆਂ ਖਾ ਕੇ ਵੀ ਕੌੜਾ ਬੋਲਦਾ, ਆਖੋ ਸਤਨਾਮ ਕਿਉਂ ਪਿਆਰੇ ਹੋ? ਖਾਂਦੇ ਨੀ ਜਲੇਬੀਆਂ? ਜਲੇਬੀਆਂ ਕੀ, ਰਸਗੁੱਲੇ ਕੀ, ਪੀਪਿਆਂ ਦੇ ਪੀਪੇ ਖਾਲੀ ਕਰਦੇ, ਸ਼ੂਗਰ ਵੱਧ ਗਈ ਇਹਦੀ, ਪਰ ਜਵਾਨ ਤੇ ਮਿਠਾਸ ਨਹੀਂ ਆਈ। ਜਿਹਨੂੰ ਕਹਿੰਦੇ ਇੱਕੋ ਰਸੇ, ਦੂਜੇ ਚੰਗੇ ਨੀ, ਤੀਜੇ ਚੰਗੇ ਨੀ, ਪਹਿਲੇ ਚੰਗੇ ਨੀ, ਚੌਥੇ ਚੰਗੇ ਨੀ, ਚਿੱਟੀਆਂ ਵਾਲੇ ਚੰਗੇ ਨੀ, ਨੀਲੀਆਂ ਵਾਲੇ ਚੰਗੇ ਨੀ, ਭਗਵੇਂ ਚੰਗੇ ਨੀ, ਕੇਸਰੀ ਚੰਗੇ ਨੀ, ਇਹ ਚੰਗਾ ਜਿਹੜਾ ਸਾਰਿਆਂ ਨੂੰ ਮੰਦਾ ਬਣਾਈ ਜਾਂਦਾ, ਇਹ ਬਹੁਤ ਜ਼ਿਆਦਾ ਗੁਣਾਂ ਨਾਲ ਭਰਿਆ ਪਿਆ। ਮੈਂ ਪਰਸੋਂ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ, ਜਿਹੜਾ ਬੰਦਾ ਦੂਜੇ ਨੂੰ ਮੰਦਾ ਕਹਿੰਦਾ ਨਾ, ਉਹ ਆਪ ਵੀ ਚੰਗਾ ਨਹੀਂ ਹੋ ਸਕਦਾ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿੱਦਾਂ ਦਾ ਬੰਦਾ ਆਪ, ਜਿੱਦਾਂ ਦੀ ਉਹਦੀ ਦ੍ਰਿਸ਼ਟੀ, ਉਦਾਂ ਦੀ ਉਹਦੀ ਬਸ ਸ੍ਰਿਸ਼ਟੀ। ਜਾਨਵਰ ਚੰਗੇ ਨੇ ਜਿਹੜੇ ਹਰੀਆਂ ਹਰੀਆਂ ਮਿਰਚਾਂ ਖਾ ਕੇ ਮਿੱਠਾ ਬੋਲਦੇ ਆ, ਅਸੀਂ ਮਿੱਠੇ ਖਾ ਕੇ ਵੀ ਕੌੜੇ ਬੋਲ ਬੋਲਦੇ ਆ। ਬੜਾ ਕਹਿੰਦੇ ਕੌੜਾ ਕੌੜੇ ਕੌੜੇ ਬੋਲ ਬੋਲੇ ਨੇ। ਜਦੋਂ ਪਾਤਸ਼ਾਹ ਜੀ ਕੋਲ ਆਇਆ ਨਾ, ਢੈ ਢੇਰੀ ਮਰਦਾਨਾ ਹੋਇਆ ਤੇ ਨਮਸਕਾਰ ਕੀਤੀ, ਮਹਾਰਾਜ ਹੁਣ ਨਾ ਗਏ ਤਾਹਾਂ ਨੂੰ ਜਾਣ ਨੂੰ, ਹੁਣ ਸਰੀਰ ਵਿੱਚ ਹਿੰਮਤ ਨਹੀਂ, ਕੋਈ ਪਹਾੜੀ ਬੜੀ ਉੱਚੀ ਹੈ, ਬਾਰ ਬਾਰ ਚੜ੍ਹ ਨਹੀਂ ਆਉਂਦਾ। ਫਿਰ ਮਰਦਾਨਿਆਂ ਕੀ ਕਿਹਾ, ਮਹਾਰਾਜ ਉਹ ਤਾਂ ਬੜੇ ਕੌੜੇ ਬੋਲ ਬੋਲਦਾ, ਬੜਾ ਭੁੜਕ ਭੁੜਕ ਕੇ ਪੈਂਦਾ। ਕਹਿੰਦੇ ਅੱਛਾ, ਕਹਿੰਦੇ ਏਦਾਂ ਕਰ ਫਿਰ। ਉਹ ਪੱਥਰ ਪਿਆ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿੱਥੇ ਵੀ ਗੁਰੂ ਨਾਨਕ ਦੀ ਨਦਰ ਹੋ ਗਈ, ਨਦਰੀ ਨਦਰ ਨਿਹਾਲ, ਨਾਨਕ ਨਦਰੀ ਨਾਨਕ ਨਦਰੀ, ਨਦਰੀ ਨਦਰ ਨਿਹਾਲ, ਨਾਨਕ ਨਦਰੀ ਨਾਨਕ ਨਦਰੀ, ਨਦਰੀ ਨਦਰ ਨਿਹਾਲ, ਨਾਨਕ ਨਦਰੀ ਨਾਨਕ ਨਦਰੀ, ਨਦਰੀ ਨਦਰ ਨਿਹਾਲ, ਨਾਨਕ ਨਦਰੀ ਨਾਨਕ ਨਦਰੀ। ਬੋਲੋ Thank you.
ਨਿਹਾਲ ਨਾਨਕ ਨਗਰੀ ਨਾਨਕ ਨਦਰੀ ਨਗਰੀ ਨਦਰ ਨਿਹਾਲ ਨਾਨਕ ਨਗਰੀ ਨਾਨਕ ਨਦਰੀ ਨਗਰੀ ਨਦਰ ਨਿਹਾਲ ਨਾਨਕ ਨਗਰੀ ਨਾਨਕ ਨਦਰੀ ਨਗਰੀ ਨਦਰ ਨਿਹਾਲ ਨਾਨਕ ਨਦਰੀ ਨਾਨਕ ਨਦਰੀ ਬੋਲੋ ਨਦਰੀ ਨਦਰ ਜਦੋਂ ਐ ਭਾਈ ਮਰਦਾਨਾ ਜੀ ਨੇ ਪੱਥਰ ਚੱਕਿਆ ਥੱਲੇ ਉਹ ਠੰਡੇ ਮਿੱਠੇ ਜਲ ਦਾ ਚਸ਼ਮਾ ਫੁੱਟ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਲੈ ਮਰਦਾਨਿਆਂ ਨਾਲੇ ਆਪ ਪੀ ਨਾਲੇ ਸਾਨੂੰ ਪਿਆ ਐਵੇਂ ਨਾ ਹਰ ਇੱਕ ਗੱਲ ਤੇ ਕਟਾਕਸ਼ ਕਰੀ ਜਾਓ ਏਦਾਂ ਨਹੀਂ ਹੋ ਸਕਦਾ ਏਦਾਂ ਨਹੀਂ ਹੋ ਸਕਦਾ ਏਦਾਂ ਨਹੀਂ ਹੋ ਸਕਦਾ ਉਹ ਮਾਲਕ ਕੀਰ ਨਹੀਂ ਕਰ ਸਕਦੇ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੈ ਆਕਾਸ਼ ਗਿਰਾਵੇ ਸਭ ਕੁਛ ਕਰ ਸਕਦੇ ਆ ਐਵੇਂ ਨਾ ਹਿੱਕ ਠੋਕ ਕੇ ਕਹੀ ਜਾਇਆ ਕਰੋ ਕਿ ਏਦਾਂ ਨਹੀਂ ਹੋ ਸਕਦਾ ਏਦਾਂ ਨਹੀਂ ਹੋ ਸਕਦਾ ਏਦਾਂ ਤੇਰੀ ਮਤ ਬੁੱਧ ਉਹ ਤੱਕ ਨਹੀਂ ਜਾਂਦੀ ਹੁਣ ਕੀ ਕੀਤਾ ਜਾਏ ਤੇਰੀ ਸੁਰਤ ਉੱਥੇ ਤੱਕ ਨਹੀਂ ਜਾਂਦੀ ਤੇ ਤੇਰੇ ਨਾਲ ਕੋਈ ਬਹਿਸ ਥੋੜੀ ਆ ਤੇਰੇ ਨਾਲ ਕੋਈ ਲੜਾਈ ਥੋੜੀ ਆ ਤੇਰਾ ਨਹੀਂ ਦਿਮਾਗ ਉੱਥੇ ਤੱਕ ਕੰਮ ਕਰਦਾ ਤੂੰ ਨਾ ਗੱਲਾਂ ਕਰ ਐਵੇਂ ਨਾ ਕਟਾਕਸ਼ ਕਰੀ ਜਾਇਆ ਕਰੋ ਹਰ ਗੱਲ ਤੇ ਬਿਦਰ ਦੀ ਧਰਤੀ ਤੇ ਚਲੇ ਜਾਓ ਕਰਨਾਟਕਾ ਮਹਾਰਾਸ਼ਟਰ ਤੋਂ ਜਦੋਂ ਸੌ ਸਵਾ ਸੌ ਕਿਲੋਮੀਟਰ ਅੱਗੇ ਜਾਂਦੇ ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪੰਜਾ ਲੱਗਾ ਹੋਇਆ ਸਾਰਾ ਬਿਦਰ ਸ਼ਹਿਰ ਪਾਣੀ ਪੀਂਦਾ ਜੀ ਉੱਥੋਂ ਕਹਿੰਦੇ ਮਰਦਾਨਿਆਂ ਪੱਥਰ ਚੱਕ ਠੰਡੇ ਮਿੱਠੇ ਜਲ ਦਾ ਚਸ਼ਮਾ ਫੁੱਟਿਆ ਨਾਲੇ ਆਪ ਵੀ ਨਾਲੇ ਸਾਨੂੰ ਪਿਆ ਇੱਧਰ ਚਸ਼ਮਾ ਫੁੱਟਿਆ ਜਿਹੜਾ ਇੰਨੇ ਉੱਪਰ ਪਾਣੀ ਇਕੱਤਰ ਕੀਤਾ ਸੀ ਨਾ ਬੜੀ ਕੰਧਾਰੀ ਨੇ ਉਹ ਹੁਣ ਖਾਲੀ ਹੋਣਾ ਸ਼ੁਰੂ ਹੋ ਗਿਆ ਹੰਕਾਰਿਆ ਸੋ ਮਾਰਿਆ ਹੰਕਾਰ ਨਹੀਂ ਕਦੇ ਕਰਨਾ ਚਾਹੀਦਾ ਜੇ ਰੱਬ ਨੇ ਤੁਹਾਨੂੰ ਗੱਡੀਆਂ ਕਾਰਾਂ ਮੋਟਰਸਾਈਕਲ ਜ਼ਮੀਨਾਂ ਜਾਇਦਾਂ ਦੇ ਬੜੇ ਭੁੜਕਦੇ ਲੋਕ ਜੀ ਹੈਂ ਦੁੱਗ 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 ਕਰਦੇ ਲੰਘਦੇ ਕੋਲੋਂ ਦੀ ਜਿੱਦਾਂ ਪਤਾ ਨਹੀਂ ਦੂਸਰੇ ਬੰਦੇ ਨੂੰ ਬੰਦਾ ਹੀ ਨਹੀਂ ਜਾਣਦਾ ਜੀ ਥੱਲੇ ਬੁਲਟ ਰੱਖ ਕੇ ਜੇ ਰੱਬ ਦਿੰਦਾ ਨਾ ਛੱਪੜ ਫਾੜ ਕੇ ਤੇ ਜਦੋਂ ਰੱਬ ਲੈਂਦਾ ਨਾ ਤੇ ਮੂੰਹ ਤੇ ਥੱਪੜ ਵੀ ਬੜੇ ਜ਼ੋਰ ਨਾਲ ਮਾਰਦਾ ਪਰ ਉਹਦੀ ਆਵਾਜ਼ ਨਹੀਂ ਆਉਂਦੀ ਆਖੋ ਸਤਨਾਮ ਐਵੀ ਨਾ ਹਿੱਕਾਂ ਚੌੜੀ ਚੌੜੀਆਂ ਕਰੀ ਜਾਇਆ ਕਰੋ ਕਿ ਰੱਬ ਨੇ ਸਾਨੂੰ ਆਹ ਦਿੱਤਾ ਆਹ ਦਿੱਤਾ ਆਹ ਦਿੱਤਾ ਐਵੀ ਨਾ ਦਿੱਤਾ ਇਹ ਕਿਹਾ ਕਰੋ ਕਿ ਮੇਰਾ ਮੁਜਮੇ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੌਪਤੇ ਕਿਆ ਲਾਗੈ ਮੇਰਾ ਇੱਥੇ ਕੁ ਬਿਰਤੀ ਰੱਖਿਆ ਕਰ ਐਵੀ ਨਾ ਆਪ ਟਿਕਦਾ ਨਾ ਦੂਜੇ ਗੁਆਂਢੀਆਂ ਨੂੰ ਟਿਕਣ ਦਿੰਦਾ ਮਾਣ ਨਹੀਂ ਗਰਵ ਨਹੀਂ ਹੰਕਾਰ ਨਹੀਂ ਕਹਿੰਦੇ ਉੱਪਰਲਾ ਜਿਹੜਾ ਚਸ਼ਮਾ ਸੀ ਇਹਦਾ ਖਾਲੀ ਹੋਣਾ ਸ਼ੁਰੂ ਹੋ ਗਿਆ ਬਲੀ ਕੰਧਾਰੀ ਕ੍ਰੋਧ ਨਾਲ ਹੋਰ ਭਰ ਗਿਆ ਕਿ ਐਸਾ ਕਿਹੜਾ ਤਾਕਤਵਰ ਸਾਡੇ ਨਾਲ ਉੱਚਾ ਹਮਜਾ ਗੌਂਸ ਦੀ ਸਾਖੀ ਵੀ ਆਉਂਦੀ ਹੈ ਜੀ ਤਿੰਨ ਦਿਨ ਰਹਿੰਦੇ ਆ ਤੁਹਾਡੇ ਨਾਲ ਉਹ ਵੀ ਮੈਂ ਸਾਂਝੀ ਕਰਾਂ ਕਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਮਾਣ ਤੋੜਿਆ ਕਹਿੰਦੇ ਫਿਰ ਜਦੋਂ ਚਸ਼ਮਾ ਖਾਲੀ ਹੋਣ ਲੱਗਾ ਨਾ ਇਹ ਕ੍ਰੋਧ ਦਾ ਭਰਿਆ ਲੱਪਾ ਲੱਪ ਲਾਲ ਹੋਇਆ ਸੁਰਖਰੂ ਹੋਇਆ ਲਾਲ ਸੁਰਖਰੂ ਹੋਇਆ ਕਹਿੰਦੇ ਉੱਪਰੋਂ ਵੱਡਾ ਸਾਰਾ ਪੱਥਰ ਕਹਿੰਦੇ ਛੱਡਣਾ ਨੀ ਇਹਨੂੰ ਜਿਹਦਾ ਵੱਡੇ ਆ ਕੇ ਸਿਫਤ ਕਰਦਾ ਸੀ ਨਾ ਇਹਨੂੰ ਛੱਡਣਾ ਨਾਨਕ ਨੂੰ ਛੱਡਣਾ ਨਾ ਨਾਨਕ ਦੀ ਸੋਭਾ ਕਰਨ ਵਾਲੇ ਨੂੰ ਛੱਡਣਾ ਆਹ ਕਹਿੰਦੇ ਉੱਪਰੋਂ ਜਦੋਂ ਪੱਥਰ ਆਇਆ ਧੱਕਾ ਲਾ ਕੇ ਥੱਲੇ ਨੂੰ ਛੱਡਿਆ ਨਾ ਦਰੜ ਦਰੜ ਦੀ ਆਵਾਜ਼ ਆਉਂਦੀ ਹੈ ਭਾਈ ਮਰਦਾਨਾ ਦੇਖਦਾ ਕਹਿੰਦੇ ਮਹਾਰਾਜ ਮਾਰੇ ਗਏ ਨਾ ਮੇਰਾ ਬਚਾਇਆ ਨਾ ਤੁਹਾਡਾ ਦਰੜੇ ਗਏ ਹੁਣ ਤਾਂ ਮਰਦਾਨਿਆ ਘਬਰਾਉਣਾ ਕਿਉਂ ਆ ਦੇਖ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਰੰਗ ਕਰਤਾਰ ਦੇ ਦੇਖ ਮਰਦਾਨਿਆ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ
देख मरदाने रंग कर तार दे, देख मरदाने रंग कर तार दे, देख मरदाने रंग कर तार दे, देख मर देख सही मरदानिया घबरा ना घबरा क्यों है जां तू मेरा है ता क्या मोह छंदा का तो डरदा तेरे नाल है मैं मरदानिया चिंता कस गल दी घबराया ना करो माड़ियां माड़ियां बिपतावां तो माड़ियां माड़ियां दुख तकलीफां तो घबराया ना करो हर वेले आण के बस यही ना रोंदे रहा करो कि साडा दुख दा साडे गोडे नहीं चलदे साडे गिड्डे नहीं चलदे ਜਦ ਕਰਤੂਤਾਂ ਮਾੜੀਆਂ ਕੀਤੀਆਂ ਤੇ ਚੱਲਣੇ ਕਿੱਥੋਂ ਵਾ ਕਸੂਰ ਤਾਂ ਤੇਰਾ ਆ ਬਾਬਿਆਂ ਦੇ ਇਹਦੇ ਵਿੱਚ ਤੇਰਾ ਕੀ ਦੇਣਾ ਲੈਣਾ ਇੱਕ ਮੇਰੇ ਕੋਲ ਬੀਬੀ ਆਈ 8-10 ਦਿਨ ਹੋਏ ਜ਼ਿਆਦਾ ਹੀ ਮਹੀਨਾ ਹੀ ਹੋ ਗਿਆ ਬੀਬੀ ਨੇ ਇੱਦਾਂ ਬੱਚਾ ਮੇਰੇ ਮੂਹਰੇ ਲੰਮਾ ਪਾਤਾ ਪੋਤਾ ਸੀਗਾ ਉਹਦੇ ਦੋ ਤਾਂ ਸੀ ਰੱਬ ਜਾਣੇ ਕੋ ਮੈਂ ਕਿਹਾ ਹਾਂਜੀ ਮਾਤਾ ਜੀ ਕਹਿੰਦੇ ਬਾਬਾ ਜੀ ਬੇਨਤੀ ਆ ਮੈਂ ਕਹਿੰਦੇ ਕਾਕਾ ਅੰਗੂਠਾ ਬਹੁਤ ਚੁੰਘਦਾ ਕਿਰਪਾ ਕਰੋ ਅਰਦਾਸ ਕਰੋ ਕਿ ਇਹਦਾ ਅੰਗੂਠਾ ਚੁੰਘਣਾ ਛੱਡ ਮੈਂ ਬੀਬੀ ਤੇ ਸਿਆਣੇ ਬੰਦੇ ਅੰਗੂਠਾ ਚੁੰਘੀ ਜਾਂਦੇ ਤਾਂ ਵਿਚਾਰਾ ਨਿਆਣਾ ਹੱਦ ਤੇ ਸਿਆਣੇ ਬੁੱਢੇ ਬੁੱਢੇ ਹੋਇਆ ਜੀ ਮੂੰਹ ਚੁੰਗਲੀਆਂ ਦੇਖਦੇ ਮਾਸ ਖਾਈ ਜਾਂਦੇ ਨੁਕਰਾਂ ਦਾ ਨਹੁੰ ਖਾਈ ਜਾਂਦੇ ਨੁਕਰਾਂ ਦੇ ਬੜੇ ਬੰਦੇ ਏਦਾਂ ਦੇ ਮੈਂ ਬੀਬੀ ਤੇ ਸਿਆਣੇ ਨੀ ਹੱਟਦੇ ਤਾਂ ਵਿਚਾਰਾ ਨਿਆਣਾ ਇਹਨੂੰ ਵਿਚਾਰੇ ਨੂੰ ਵੱਧ ਫੁੱਲ ਲੈਣ ਦੇ ਐਵੇਂ ਟੈਨਸ਼ਨ ਨਾ ਲੈ ਇਹਦੀ ਅਸੀਂ ਦੇਖੋ ਕੀ ਸਮਝਦੇ ਹਾਂ ਤੇ ਮਹਾਰਾਜ ਕਹਿੰਦੇ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਵਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਕੇਪ ਹਮਾਰੀ ਮਹਾਰਾਜ ਕਹਿੰਦੇ ਸੰਤਨ ਸਿਉ ਮੇਰੇ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਾਂ ਦੇ ਨਾਲ ਤਾਂ ਰੱਬ ਦੀਆਂ ਗੱਲਾਂ ਕਰਨੀਆਂ ਇਹ ਗੱਲਾਂ ਦੇਖੋ ਕੀ ਕਰਦਾ ਵਿਚਾਰਾ ਰਹੋ ਵਿਚਾਰ ਕਹਿੰਦੇ ਮਰਦਾਨਿਆ ਘਬਰਾ ਨਾ ਤੇਰੇ ਨਾਲ ਆ ਕਹਿੰਦੇ ਐ ਉੱਪਰੋਂ ਪੱਥਰ ਥੱਲੇ ਨੂੰ ਆ ਰਿਹਾ ਬੜੀ ਜ਼ੋਰ ਜ਼ੋਰ ਨਾਲ ਆਵਾਜ਼ਾਂ ਆ ਰਹੀਆਂ ਪੱਥਰ ਡਿੱਗਣੇ ਦੀਆਂ ਐ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਦਾ ਧਿਆਨ ਧਰਿਆ ਐ ਕਹਿੰਦੇ ਜਿਹੜਾ ਪੱਥਰ ਰੇੜੇ ਆਉਂਦਾ ਸੀ ਬੜੇ ਅਡੋਲਤਾ ਦੇ ਨਾਲ ਪੱਥਰ ਨੂੰ ਇਹਦਾ ਪੰਜਾ ਲਾਤਾ ਜਦੋਂ ਪੰਜਾ ਲੱਗਿਆ ਧਰਤੀ ਦੀ ਹਿਲਜੁਲ ਬੰਦ ਹੋ ਗਈ ਐ ਇੱਕ ਸਾਰ ਪੱਥਰ ਖੜਿਆ ਪਿਆ ਥੱਲੇ ਗੁਰੂ ਨਾਨਕ ਸਾਹਿਬ ਵੀ ਐ ਟਿਕਟਕੀ ਲਗਾ ਕੇ ਬੈਠੇ ਪਏ ਆ ਤੇ ਭਾਈ ਮਰਦਾਨਾ ਵੀ ਟਿਕਟਕੀ ਲਗਾ ਕੇ ਬੈਠਾ ਕਹਿੰਦਾ ਹੁਣ ਦੇਖਾਂ ਉੱਪਰੋਂ ਆਇਆ ਥੱਲੇ ਨੂੰ ਬਲੀ ਕਧਾਰੀ ਕਹਿੰਦਾ ਦੇਖਾਂ ਮਰ ਮੁੱਕ ਗਏ ਹੋਣੇ ਆ ਦੇਖਦਾ ਨਾਨਕ ਨਾਮ ਕਿਹੜਾ ਨਾਨਕ ਆ ਕਿਹੜਾ ਨਾਨਕ ਦੀ ਸੋਭਾ ਕਰਦਾ ਸੀ ਥੱਲੇ ਆਇਆ ਦੇਖਿਆ ਸ੍ਰੀ ਗੁਰੂ ਨਾਨਕ ਸਾਹਿਬ ਵੀ ਅਡੋਲ ਬੈਠੇ ਹੋਏ ਆ ਭਾਈ ਮਰਦਾਨਾ ਵੀ ਅਡੋਲ ਬੈਠਾ ਹੋਇਆ ਪੱਥਰ ਵੀ ਐਂ ਟਿਕਿਆ ਪਿਆ ਵਾ ਹੰਕਾਰ ਚੱਕਣਾ ਚੂਰ ਹੋ ਗਿਆ ਕਹਿੰਦੇ ਮੈਂ ਤਾਂ ਇਹਨੂੰ ਐਵੇਂ ਕੋਈ ਇਨਾਮ ਹੀ ਇਨਸਾਨ ਸਮਝਦਾ ਸੀ ਇਹ ਤਾਂ ਕੱਲ ਤਾਰਨ ਗੁਰੂ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਕੱਲ ਤਾਰਨ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਚੱਲਦਾ ਨੀ ਨਗਰ ਕੀਰਤਨ ਦੇ ਮੋਹਰੇ ਮੋਹਰੇ ਸ਼ਬਦ ਕੱਲ ਤਾਰਨ ਗੁਰੂ ਨਾਨਕ ਬੋਲੋ ਕੱਲ ਤਾਰਨ ਗੁਰੂ ਕੱਲ ਤਾਰਨ ਗੁਰੂ ਐ ਹੰਕਾਰ ਚੂਰ ਹੋ ਗਿਆ ਐ ਮੱਥਾ ਟੇਕਿਆ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਮਹਾਰਾਜ ਜੀ ਕਿਰਪਾ ਕਰਿਓ ਮੈਂ ਤਾਂ ਤੁਹਾਨੂੰ ਆਮ ਹੀ ਇਨਸਾਨ ਸਮਝਦਾ ਸੀ ਪਰ ਤੁਸੀਂ ਤਾਂ ਸਾਕਸ਼ਾਤ ਰੱਬ ਬੈਠੇ ਹੋ ਪੰਜਾਂ ਗੁਰਾਂ ਨੇ ਪਹਾੜ ਉੱਤੇ ਲਾਇਆ ਉਹ ਪੱਥਰਾਂ ਦਾ ਮੁੱਲ ਪੈ ਗਿਆ ਜਿਸ ਪੱਥਰ ਨੂੰ ਪੰਜਾ ਲੱਗਿਆ ਸੀ ਅੱਜ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਕਰਕੇ ਪੁਕਾਰਿਆ ਜਾਂਦਾ ਆਖੋ ਸਤਨਾਮ ਪੰਜਾ ਸਾਹਿਬ ਕਰਕੇ ਪੁਕਾਰਿਆ ਜਾਂਦਾ ਜਾਂ ਤੂੰ ਮੇਰਾ ਜੇ ਸਤਿਗੁਰੂ ਨਾਲ ਆ ਨਾ ਤੇ ਫਿਰ ਕਿਸੇ ਗੱਲ ਦਾ ਘਾਟਾ ਨੀ ਪੜਿਓ ਲਾਸਟ ਪੰਕਤੀਆਂ ਉਪਰੰਤ ਫਿਰ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਸਾਰੇ ਬੋਲਿਓ ਧੀਏ ਇਸੇ ਕੋਈ ਵਾਂਝਾ ਨਾ ਰਵੇ ਦਾਤਾ ਜੀ ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ
ਰਾਖਾ ਹੈ ਪਰਮਾਤਮਾ ਤੁਹਾਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ ਤੁਹਾਨੂੰ ਕਿਹੜਾ ਮਾਰੇ ਰਾਖਾ ਹੈ ਪਰਮਾਤਮਾ ਤੁਹਾਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਆਖੋ ਸਤਨਾਮ ਗੁਰੂ ਕਿਰਪਾ ਕਰੇ। ਧੰਨਵਾਦ ਹੈ ਆਪ ਸਾਰੀ ਸੰਗਤ ਦਾ, ਦੂਰੋਂ ਨੇੜਿਓਂ ਚੱਲ ਕੇ ਆਪ ਜੀ ਨੇ ਬੜੀ ਵੱਡੀ ਗਿਣਤੀ ਵਿੱਚ ਅੱਜ ਦਰਸ਼ਨ ਦਾਰੇ ਦਿੱਤੇ ਨੇ। ਰੀਣੀ ਹਾਂ ਆਪ ਜੀ ਦਾ, ਆਪ ਜੀ ਹਰ ਰੋਜ਼ ਹੀ ਲਗਭਗ, ਅੱਜ ਮੇਰੇ ਖਿਆਲ ਚੌਥਾ ਦੀਵਾਨ ਹੈ, ਆਪ ਜੀ ਹਰ ਰੋਜ਼ ਹੀ ਵੱਡੀ ਗਿਣਤੀ ਵਿੱਚ ਆਪ ਜੀ ਆਉਂਦੇ ਹੋ। ਕੱਲ੍ਹ ਦੇ ਦੀਵਾਨ ਵਿੱਚ ਮੇਰੇ ਅਤਿ ਸਤਿਕਾਰਯੋਗ ਜਿਨ੍ਹਾਂ ਨੇ ਹਮੇਸ਼ਾ ਮੇਰੇ ਸੀਸ 'ਤੇ ਹੱਥ ਰੱਖਿਆ, ਕੱਲ੍ਹ ਵੀ ਮੇਰੇ ਸੀਸ 'ਤੇ ਹੱਥ ਰੱਖਣ ਵਾਸਤੇ ਪਹੁੰਚ ਰਹੇ ਨੇ, ਸਤਿਕਾਰਯੋਗ ਸੰਤ ਬਾਬਾ ਗੁਰਦਿਆਲ ਸਿੰਘ ਜੀ ਮਹਾਰਾਜ ਟਾਂਡੇ ਵਾਲੇ, ਆਪ ਜੀ ਦੇ ਦਰਸ਼ਨ ਕਰਨ ਵਾਸਤੇ 8 ਵਜੇ ਆ ਜਾਣਗੇ, 8:30 ਤੋਂ 9:30 ਵਜੇ ਤੱਕ, ਕਿਉਂਕਿ ਬਿਰਧ ਅਵਸਥਾ ਹੋ ਗਈ ਹੈ, ਹੁਣ ਬਹੁਤਾ ਲੰਬਾ ਸਮਾਂ ਬੈਠਿਆ ਵੀ ਨਹੀਂ ਜਾਂਦਾ। 1 ਘੰਟਾ ਆਪ ਜੀ ਦੇ ਦਰਸ਼ਨ ਕਰਨਗੇ 8:30 ਤੋਂ 9:30 ਵਜੇ ਤੱਕ, 9:30 ਤੋਂ ਫਿਰ ਆਪਾਂ 10 ਵਜੇ ਤੱਕ, 10:15 ਤੱਕ, ਜਿੰਨਾ ਕੁ ਸਮਾਂ ਆਪਾਂ ਰੋਜ਼ ਕਰਦੇ ਹਾਂ ਆਪਾਂ ਰਲ ਮਿਲ ਕੇ ਹਾਜ਼ਰੀ ਭਰਾਂਗੇ। ਪਰਸੋਂ ਨੂੰ ਭਾਈ ਨਗਰ ਕੀਰਤਨ ਵੀ ਹੈ, ਦਿਨ ਹੈ ਕੱਲ੍ਹ ਦਾ, 1 ਦਿਨ ਤੁਹਾਡੇ ਕੋਲ ਬਕਾਇਆ ਹੈ, ਤਿਆਰੀ ਕੋ ਰਹਿੰਦੀ ਹੈ ਅਤੇ ਕਰੋ। ਸੰਗਤ ਜਿਹੜੀ ਟਰੈਕਟਰ ਟਰਾਲੀਆਂ ਵਾਲੀ ਆ ਜਾਂ ਬੱਸਾਂ ਵਿੱਚ ਵੀ ਕਿਸੇ ਨੇ ਆਉਣਾ, 9 ਵਜਦੇ ਨੂੰ ਸਾਰੀ ਸੰਗਤ ਹਾਜ਼ਰ ਹੋ ਜਾਇਓ, 9:15 ਹੱਦ 9:30 ਤੱਕ, ਇੱਥੋਂ ਲੇਟ ਨਾ ਹੋਏ। ਸੰਗਤ ਦੀ ਹਾਜ਼ਰੀ ਵਿੱਚ ਆਪਾਂ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਏਅਰ ਕੰਡੀਸ਼ਨ ਬੱਸ ਵਿੱਚ ਸੁਸ਼ੋਭਿਤ ਕਰਾਂਗੇ। ਬੜਾ ਵਧੀਆ ਮਾਹੌਲ ਹੋਏਗਾ, ਉਹ ਦੇਖਣ ਵਾਲਾ ਮਾਹੌਲ ਹੋਏਗਾ ਜ਼ਰੂਰ। ਆਪ ਜੀ ਨੇ ਪਰਸੋਂ ਵਾਲੇ ਦਿਨ ਵੀ ਵੱਧ ਚੜ੍ਹ ਕੇ, ਜਿੰਨੀ ਵੀ ਸੰਗਤ ਆ ਸਕਦੀ ਵੱਧ ਚੜ੍ਹ ਕੇ, ਸੰਗਤ ਆਪ ਵੀ ਆਓ ਤੇ ਹੋਰਨਾਂ ਨੂੰ ਵੀ ਲੈ ਕੇ ਆਓ। ਨਗਰ ਕੀਰਤਨ ਦੀ ਰੌਣਕ ਨੂੰ ਵਧਾਓ, ਆਪ ਗੁਰੂ ਨਾਨਕ ਦੇ ਗੁਣ ਗਾਓ ਤੇ ਦੂਜੇ ਨੂੰ ਗਵਾਓ। ਆਖੋ ਸਤਨਾਮ, ਜ਼ਰੂਰ ਕਿਰਪਾ ਕਰਿਓ। ਜਿਨ੍ਹਾਂ ਦੇ ਲੰਗਰ ਨੇ, ਪੜਾਅ ਨੇ, ਕਿਸੇ ਵੱਲੋਂ ਫਰੂਟ ਦੀ ਸੇਵਾ, ਕਿਸੇ ਵੱਲੋਂ ਚਾਹ ਦੇ ਲੰਗਰਾਂ ਦੀ ਸੇਵਾ, ਕਿਸੇ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ, ਕਿਸੇ ਵੱਲੋਂ ਪਕੌੜਿਆਂ ਦੀ ਸੇਵਾ, ਕਿਸੇ ਇਕੱਲੇ ਜਲ ਦੀ ਸੇਵਾ, ਆਪਣੇ ਸਹੀ ਤਰੀਕੇ ਦੇ ਨਾਲ ਵਧੀਆ ਇੰਤਜ਼ਾਮ ਕਰਕੇ ਸੰਗਤ ਦਾ ਸਤਿਕਾਰ ਕਰਨਾ, ਪੰਜ ਪਿਆਰਿਆਂ ਦਾ ਸਤਿਕਾਰ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ। ਇਹ ਨਗਰ ਕੀਰਤਨ ਇਸ ਕਰਕੇ ਬੜੀ ਤਕਲੀਫ਼ ਹੁੰਦੀ ਲੋਕਾਂ ਨੂੰ, ਕਈਆਂ ਨੂੰ ਕਿ ਨਗਰ ਕੀਰਤਨ ਐਵੇਂ ਧੂੜਾਂ ਫੱਟੀਆਂ ਹੋਈਆਂ, ਮਿੱਟੀ ਉਡਾਈ ਜਾਂਦੇ, ਉਹ ਇਸ ਕਰਕੇ ਗੱਡੀ ਦਾ ਕਿ ਜਿਹੜੇ ਅਭਾਗੇ ਲੋਕ ਗੁਰੂ ਘਰ ਨਹੀਂ ਨਾ ਆ ਸਕਦੇ, ਸਤਿਗੁਰੂ ਉਹਨਾਂ ਨੂੰ ਚੱਲ ਕੇ ਦਰਸ਼ਨ ਦੇਣ ਜਾਂਦੇ ਆ। ਆਖੋ ਸਤਨਾਮ, ਜਿਹੜੇ ਕਿਸਮਤ ਦੇ ਮਾਰੇ, ਕਰਮਾਂ ਦੇ ਮਾਰੇ ਲੋਕ ਗੁਰਦੁਆਰੇ ਦੀ ਕੰਧ ਨਾਲ ਕੰਧ ਜੁੜਦੀ ਹੁੰਦੀ ਸਾਰੀ ਉਮਰ, ਗੁਰਦੁਆਰੇ ਨਹੀਂ ਆਏ, ਉਹਨਾਂ ਬਦਕਿਸਮਤਿਆਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਚੱਲ ਕੇ ਦਰਸ਼ਨ ਦੇਣ ਜਾਂਦੇ ਹੋਏ, ਮਾੜੀਆਂ ਕਰਮਾਂ ਵਾਲੇ ਦਰਸ਼ਨ ਕਰ ਲਓ, ਤੁਹਾਡਾ ਵੀ ਭਲਾ ਹੋ ਜਾਓ। ਆਖੋ ਸਤਨਾਮ, ਜਿਹੜੇ ਆਪ ਜਿਹੜੇ ਕੁਝ ਨਹੀਂ ਨਾ ਕਰ ਸਕਦੇ, ਉਹ ਜਿਹੜੇ ਕਰਦੇ ਉਹਨਾਂ ਦੀਆਂ ਲੱਤਾਂ ਨਾ ਖਿੱਚਿਆ ਕਰੋ, ਉਹਨਾਂ ਦਾ ਸਾਥ ਦਿਆ ਕਰੋ, ਕਰਕੇ ਜ਼ਰੂਰ ਆਪ ਜੀ ਨੇ ਪਰਸੋਂ ਵਾਲੇ ਦਿਨ ਵੱਧ ਚੜ੍ਹ ਕੇ ਦਰਸ਼ਨ ਦਾਰੇ ਦੇਣੇ ਆ। ਸਾਰੀ ਸੰਗਤ ਆਓ, ਮਾਈਆਂ ਬੀਬੀਆਂ ਭੈਣਾਂ ਗੁਣ ਗਾਓ, ਗੁਰੂ ਨਾਨਕ ਦੇ ਟਰਾਲੀਆਂ 'ਤੇ ਬੈਠ ਕੇ ਨਾਲ ਬੀਬੀਆਂ ਢੋਲਕੀ ਦੀ ਸੇਵਾ ਕਰੋ, ਛੈਣਿਆਂ ਦੀ ਸੇਵਾ ਕਰੋ, ਚਿਮਟਿਆਂ ਦੀ ਸੇਵਾ ਕਰੋ, ਸ਼ਬਦ ਗਾਇਨ ਕਰੋ, ਗੁਰਬਾਣੀ ਦੇ ਸ਼ਬਦ ਬੋਲੋ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਸ਼ਬਦ ਲੈ ਲਓ, ਜ਼ਰੂਰ ਆਪ ਜੀ ਨੇ ਦਰਸ਼ਨ ਦੇਣੇ ਨੇ। ਪਰਸੋਂ ਦੇ ਦੀਵਾਨ ਵਿੱਚ ਸਤਿਕਾਰਯੋਗ ਰਾਤ ਦੇ ਦੀਵਾਨ ਵਿੱਚ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਦਰਸ਼ਨ ਕਰਨ ਆਉਣਗੇ, ਫਿਰ 3 ਤਰੀਕ ਦੀ ਸਮਾਪਤੀ ਹੈ ਜੀ, 2 ਵਜੇ ਦਿਨ ਸਾਰੀ ਸਮਾਪਤੀ ਹੋ ਜਾਏਗੀ ਤੇ 11 ਵਜੇ ਦਿਨ ਉਹ ਲੰਗਰ ਗੁਰੂ ਦਾ ਸ਼ੁਰੂ ਹੋ ਜਾਏਗਾ ਉੱਧਰ, ਕਿਉਂਕਿ ਇਕੱਠੀ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਬਹੁਤ ਔਖਾ ਹੋ ਜਾਂਦਾ।
ਕਿਸੇ ਕੋਲ ਵਿਚਾਰੇ ਕੋਈ ਦਾਲ ਨਹੀਂ ਪਹੁੰਚਦੀ, ਕਿਸੇ ਕੋਲ ਜਲ ਨਹੀਂ ਪਹੁੰਚਦਾ, ਕਿਸੇ ਕੋਲ ਖੀਰ ਨਹੀਂ ਪਹੁੰਚਦੀ, ਕਿਸੇ ਕੋਲ ਪ੍ਰਸ਼ਾਦਾ ਨਹੀਂ ਪਹੁੰਚਦਾ, ਉਹ ਇੱਦਾਂ ਇਸ਼ਾਰੇ ਹੀ ਕਰਦੇ ਰਹਿ ਜਾਂਦੇ ਸਾਰੇ। ਇਸ ਕਰਕੇ 11 ਵਜੇ ਲਾਂਗਰੀ ਵੀ ਆਵਾਜ਼ ਸੁਣਦੇ ਹੋਣਗੇ, ਉਹਨਾਂ ਨੂੰ ਵੀ ਬੇਨਤੀ ਹੈ ਕਿ 11 ਵਜੇ ਲੰਗਰ ਦਾ ਜਿਹੜਾ ਪ੍ਰੋਗਰਾਮ ਹੈ 11 ਵਜੇ ਤੱਕ ਚਾਹ ਚੱਲੇਗੀ, ਚਾਹ ਦੇ ਨਾਲ ਜੋ ਵੀ ਮਿਸਟਾਂਸ ਹੋਏਗਾ ਉਹ ਚੱਲੇਗਾ। 11 ਵਜੇ ਚਾਹ ਕਲੋਜ਼ ਬੰਦ ਕਰ ਦਿੱਤੀ ਜਾਏਗੀ, ਸੰਪੂਰਨ ਕਰ ਦਿੱਤੀ ਜਾਏਗੀ। 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਵਜੇ ਤੱਕ ਜਿੰਨਾ ਵੀ ਚਿਰ ਸੰਗਤ ਦਾ ਇਕੱਠ ਹੈ ਪ੍ਰਸ਼ਾਦਾ ਪਾਣੀ ਛੱਕ ਕੇ ਤਸੱਲੀ ਨਾਲ ਬੈਠੇ ਰਹੋ, ਫਿਰ 2-2:30 ਵਜੇ ਤੱਕ ਸਾਰੇ ਪ੍ਰੋਗਰਾਮ ਦੀ ਸਮਾਪਤੀ ਹੋ ਜਾਣੀ ਆ। ਫਿਰ ਅਗਲੇ ਸਾਲ ਮਹਾਰਾਜ ਨੇ ਭਾਂਡੇ 'ਚ ਸਵਾਸ ਰੱਖੇ ਅਤੇ ਇਸੇ ਤਰ੍ਹਾਂ ਅਠੋਤਰੀਆਂ ਲਿਖੀਆਂ ਜਾਣਗੀਆਂ, ਇਸੇ ਤਰ੍ਹਾਂ ਗੁਰਮਤ ਸਮਾਗਮ ਕੀਤੇ ਜਾਣਗੇ। ਤੋ ਆਓ ਆਨੰਦ ਸਾਹਿਬ ਜੀ ਦੇ ਪਾਠ ਕਰੀਏ। ਬੋਲਦਿਆਂ ਤਮਾਮ ਗਲਤੀਆਂ ਦੀ ਖੇਵਾਂ, ਬਚਨ ਇੱਕ ਵੀ ਚੰਗਾ ਲੱਗਿਆ ਉਹ ਵੀ ਪੱਲੇ ਨਾਲ ਬੰਨ ਲਿਓ, ਕਿਸੇ ਦੀ ਸ਼ਾਨ ਦੇ ਖਿਲਾਫ ਕਹਿ ਗਿਆ ਹੋਵਾਂ ਮੇਰੀ ਭੁੱਲ ਗਲਤੀ ਸਮਝ ਕੇ ਮੇਰੀ ਝੋਲੀ ਵਿੱਚ ਪਾ ਜਿਓ। ਆਨੰਦ ਸਾਹਿਬ ਜੀ ਦੇ ਪਾਠ ਗੁਪਤ ਹੋ ਜਾਣਗੇ ਭਾਈ ਸਿੰਘ ਕੌਰ ਸਿੰਘ ਜੀ ਵੱਲੋਂ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਾਂ ਸਲੋਕ ਵਿੱਚ ਹਾਜ਼ਰੀ ਭਰਾਂਗੇ। ਸਾਰੀ ਸੰਗਤ ਦਾ ਧੰਨਵਾਦ ਹੈ ਜੀ, ਵੱਡੀ ਗਿਣਤੀ ਵਿੱਚ ਬੌਲੀ ਤੋਂ ਸੰਗਤ ਆਈ ਹੈ, ਮੁਬਾਰਕਪੁਰ ਬੌਲੀ ਤੋਂ ਕੜਾਹ ਪ੍ਰਸ਼ਾਦੀ ਦੇਗਾਂ ਦੀ ਗੁੜ ਵਾਲੀ ਦੇਗ ਦੀ ਸੇਵਾ ਲੈ ਕੇ ਆਏ ਨੇ। ਭਾਈ ਸਰਦੂਲ ਸਿੰਘ ਦਾ ਪਰਿਵਾਰ ਬੇਟਾ ਬਾਹਰ ਗਿਆ ਇਹਨਾਂ ਦਾ, ਉਹਨਾਂ ਵੱਲੋਂ ਪਰਿਵਾਰਾਂ ਵੱਲੋਂ ਗੁਰਮੁਖਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗਾਂ ਦੀ ਸੇਵਾ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਭ ਦੀਆਂ ਸੇਵਾਵਾਂ ਸਫਲੀਆਂ ਕਰਨ। ਬੇਅੰਤ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਰਸਤਾਂ ਬਸਤਾਂ ਦਿੱਤੀਆਂ ਗਈਆਂ ਨੇ। ਗੁਰੂ ਸਾਹਿਬ ਮਿਹਰ ਕਰਨ, ਜਿਨ੍ਹਾਂ ਖਜ਼ਾਨਿਆਂ 'ਚੋਂ ਰਸਤਾਂ ਬਸਤਾਂ ਆਈਆਂ ਸੁੱਖ ਜਾਂਦੇ ਰਸਤਾਂ ਬਸਤਾਂ ਮਾਇਆ ਨਾਲ ਭਰਪੂਰ ਕਰਨ, ਕਾਲ ਕੰਟਕ ਦੂਰ ਕਰਨ, ਅੰਗ ਸੰਗ ਹੋ ਕੇ ਵਰਤਣ, ਦਇਆ ਦ੍ਰਿਸ਼ਟੀ ਕਰਨ। ਆਓ ਸਾਰੀ ਸੰਗਤ ਸਲੋਕ ਵਿੱਚ ਹਾਜ਼ਰੀ ਭਰੀਏ, ਉਪਰੰਤ ਅਰਦਾਸ ਬੇਨਤੀ ਜੋਦੜੀ, ਫਿਰ ਹੁਕਮਨਾਮੇ, ਫਿਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈਣ ਤੋਂ ਉਪਰੰਤ। ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ, 10:15 ਹੋਏ ਆ, 12:12 ਵਜੇ ਤੱਕ ਮੋਬਾਈਲਾਂ ਵਿੱਚ ਤਾਂ ਅੱਖਾਂ ਗੱਡੀਆਂ ਹੀ ਆ, ਆਪਾਂ ਦੇਖਦੇ ਹਾਂ ਔਨਲਾਈਨ ਬੈਠੇ ਰਹਿੰਦੇ ਆਪਾਂ 12:12 ਵਜੇ ਤੱਕ। ਪਰ ਇਹ ਜਿਹੜੀਆਂ ਘੜੀਆਂ ਨਾ, ਬਿਨ ਭਾਗਾਂ ਸਤਸੰਗ ਨਾ ਲੱਭਾ, ਬੋਲੋ ਬੋਲੋ, ਬਿਨ ਭਾਗਾਂ ਸਤਸੰਗ ਨਾ ਲੱਭਾ, ਇਹ ਸਤ ਦਾ ਸੰਗ ਹੈ। ਲੋਕ ਕਹਿ ਦਿੰਦੇ ਪੱਥਰ ਪਾਣੀ ਚ ਪਿਆ ਪਿਆ ਨਾ ਪਿਆ ਇੱਕ ਬਰਾਬਰ ਹੈ, ਪਰ ਇੱਕ ਫਾਇਦਾ ਉਹਦਾ ਪਾਣੀ ਵਿੱਚ ਰਹਿਣ ਦਾ, ਜਿੰਨਾ ਚਿਰ ਪਾਣੀ ਵਿੱਚ ਰਹਿੰਦਾ ਨਾ ਉਹਨਾਂ ਚਿਰ ਸੋਕੇ ਤੋਂ ਬਚਿਆ ਰਹਿੰਦਾ। ਸੰਗਤ ਵਿੱਚ ਆਉਣ ਦਾ ਇੱਕ ਫਾਇਦਾ, ਇੱਥੋਂ ਨਿੰਦਿਆ ਤੋਂ ਬਚੇ ਰਹਿੰਦੇ ਆ, ਈਰਖਾ ਤੋਂ ਬਚੇ ਰਹਿੰਦੇ, ਦੁਆ ਦੁਵੈਸ਼ ਤੋਂ ਬਚੇ ਰਹਿੰਦੇ। ਜੇ ਗੱਲ ਹੁੰਦੀ ਆ ਤੇ ਸੱਤ ਦੀ ਹੁੰਦੀ ਹੈ, ਜੇ ਜਪਾਇਆ ਜਾਂਦਾ ਤੇ ਕਿਹਾ ਜਾਂਦਾ, ਆਖੋ ਵੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜਾ ਕਰਮਾਂ ਨਾਲ ਸਮਾਂ ਮਿਲਦਾ, ਤੋ ਕੱਲ ਵੀ ਆਪ ਜੀ ਨੇ ਦਰਸ਼ਨ ਦੇਣੇ ਨੇ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇਹੋ ਹੀ ਅਰਦਾਸ ਕਰਿਆ ਕਰੋ ਕਿ ਐ ਦਾਤਾ ਤੂੰ ਮੁਖੜਾ ਨਾ ਮੋੜੀ, 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 ਤੂੰ ਮੁਖੜਾ ਨਾ ਆਇਆ ਵਚਨ ਸਰਮ ਮਤ
ਚਿਹਰਿਆਂ ਚੱਲ ਕੇ ਗੁਰੂ ਸਾਹਿਬ ਦੇ ਪਾਵਨ ਪੁੱਤਰ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ। ਆਓ ਦੋਵੇਂ ਹੱਥ ਜੋੜੀਏ, ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੇਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝੇ ਪਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੁਰੈ ਕਿਰਪਾ ਧਾਰੇ, ਪ੍ਰਭ ਪੂਰੇ ਲੋਚ ਮਰੇ, ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨੰਦਨ ਸੋਕ੍ਰਿਤ ਕਰਿਆ ਰਹਾਉ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ, ਜਨਮ ਕੋਟ ਜਨਮ ਕੇ ਕਿਲ ਵਿਖ ਨਸੇ, ਹਰ ਚਰਣੀ ਚਿਤ ਲਾਏ, ਉਸ ਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਪਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ, ਖੋਏ ਪਾਪ ਪਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਦਿਆ ਬਖਸ਼ਿਸ਼ਾਂ